ਕਿਉਂਕਿ ਕਈ ਵਾਰੀ ਲੋਕਾਂ ਨੂੰ ਲੱਗਦਾ ਕਿ ਸ਼ਾਇਦ ਆਪ
ਡਾਇਰੈਕਟਰ ਬਣ ਕੇ ਆਇਆ ਵਾ ਤਾਂ ਸ਼ਾਇਦ ਜਿਹੜੀ ਪਹਿਲੀ ਫਿਲਮ ਹੈ ਪਤਾ ਨਹੀਂ ਪਹਿਲਾਂ ਕਿੱਥੇ ਸੀ ਇਹ ਪਹਿਲਾਂ ਵੀ ਅੰਬਲ ਮੋਸ਼ਨ ਪਿਕਚਰ ਦੀਆਂ ਨੀਹਾਂ ਸਰਕਾਰ ਕਰਨ ਲੱਗਿਆ ਹੋਇਆ ਸੀ ਮੈਂ ਜਿਹੜਾ ਸੀ ਬੜੀਆਂ ਚੀਜ਼ਾਂ ਇਹਨੇ ਸਾਡੇ ਨਾਲ ਕੀਤੀਆਂ ਨੇ ਅਤੇ ਮੈਨੂੰ ਯਾਦ ਹੈ ਕਈ ਫਿਲਮਾਂ ਦੇ ਵਿੱਚ ਅਸੀਂ ਇੱਕ ਵਾਰ ਫਿਲਮ ਕੀਤੀ ਸੀ ਇੱਕ ਵਜੇ ਨਾਲ ਮੈਂ ਇਕੱਲਾ ਹੀ ਜਿਹੜੀ ਹੁੰਦਾ ਸੀ ਸਾਡਾ ਅਤੇ 1.25 ਲੱਖ ਸੇਵ ਕਰਨ ਵਾਲਾ ਸਾਹ ਸੀਗੇ ਸੋ ਜਰਾ ਸਾਰੇ ਕੰਮ ਇਹੀ ਕਰਦਾ ਸੀਗਾ ਸ਼ੁਰੂ ਤੋਂ ਲੈ ਕੇ ਅੰਤ ਤੱਕ ਅਤੇ ਦੂਸਰਾ ਸਾਡਾ ਪ੍ਰਿੰਸ ਆ ਮੰਮਾ ਅਤੇ ਪ੍ਰਿੰਸ ਕਰਨਾ ਬਹੁਤ ਟਾਈਮ ਤੋਂ ਜੁੜਿਆ ਹੋਇਆ ਅਤੇ ਸ਼ਾਇਦ ਮਤਲਬ ਮੈਂ ਵੀ ਪਹਿਲਾਂ ਇਹਨੂੰ ਕਈ ਫਿਲਮਾਂ 'ਚ ਰੋਲ ਦਿੱਤਾ ਅਤੇ ਮੇਰੇ ਕੋਲ ਜਦੋਂ ਇਹ ਬੈਠਦਾ ਸੀ ਅਤੇ ਅਸੀਂ ਗੱਲਾਂ ਬਾਤਾਂ ਮਾਰਦੇ ਸੀ ਤਾਂ ਮੈਂ ਇਹਨੂੰ ਹਮੇਸ਼ਾ ਇਹ ਗੱਲ ਕਰਦਾ ਮੈਂ ਕਿਹਾ ਯਾਰ ਜਿਵੇਂ ਨਾ ਤੇਰਾ ਮਾਹੌਲ ਹੈ ਜਿਵੇਂ ਤੇਰਾ ਸੁਭਾਅ ਹੈ ਜਿਵੇਂ ਦੀ ਤੇਰੇ 'ਚ ਕੈਪੇਬਿਲਿਟੀ ਹੈਗੀ ਆ ਤੂੰ ਜਿਸ ਲੈਵਲ ਦਾ ਐਕਟਰ ਮੈਨੂੰ ਲੱਗਦਾ ਹੈ ਵੀ ਮੈਨੂੰ ਸਮਝ ਨਹੀਂ ਆਉਂਦੀ ਵੀ ਕੀ ਚੱਕਰ ਆ ਵੀ ਤੇਰੀ ਵੈਲਿਊ ਨਹੀਂ ਪੈ ਰਹੀ ਹੈਗੀ ਜਾਂ ਤੂੰ ਐਕਚੁਅਲੀ ਇਹਦੀ ਇੱਕ ਦੋ ਕਹਿੰਦੀਆਂ ਪ੍ਰੋਬਲਮ ਆਉਂਦੀ ਨੇ ਵੀ ਇੱਕ ਇਹ ਕੋਈ ਵੀ ਕਰੈਕਟਰ ਜਿਹਨੂੰ ਫੜਦਾ ਉਹਨੂੰ ਟਾਈਮ ਚਾਹੀਦਾ ਪ੍ਰੋਪਰ ਉਸ ਚੀਜ਼ ਨੂੰ ਅਡਾਪਟ ਕਰਨ ਲਈ ਅਤੇ ਜਦੋਂ ਇਹ ਜਾਂਦਾ ਸੀ ਕਿਸੇ ਫਿਲਮ ਦੇ ਸੈੱਟ ਦੇ ਉੱਤੇ ਜਿਹੜੇ ਬੰਦੇ ਨੂੰ ਬੁਲਾਉਂਦੇ ਸੀ ਉਹਨੂੰ ਖੜ੍ਹੇ ਪੈਰ ਦੇ ਉੱਤੇ ਸੀਨ ਦਿੰਦੇ ਸੀ ਕਿ ਆਹ ਭਾਈ ਤੁਹਾਡਾ ਸੀਨ ਹੈ ਫਟਾਫਟ ਛੇਤੀ ਕਰੋ ਭਾਜੀ ਟਾਈਮ ਨਹੀਂ ਹੈ ਇੰਨਾ ਉਹ ਜਦ ਤੱਕ ਵਿਚਾਰਾ ਪੂਰੇ ਕਰੈਕਟਰ 'ਚ ਆਉਂਦਾ ਸੀ ਉਹਦਾ ਰੋਲ ਮੁੱਕ ਜਾਂਦਾ ਸੀ ਅਤੇ ਬਹੁਤ ਟਾਈਮ ਤੋਂ ਆਇਆ ਸੀ ਮੈਨੂੰ ਐਂ ਲੱਗਿਆ ਮੈਂ ਯਾਰ ਆਪਾਂ ਨਾਲ ਕੁਛ ਕਰੀਏ ਨਵਾਂ ਬਣਾਈਏ ਇਹਨੇ ਮੈਨੂੰ ਇੱਕ ਫੋਟੋ ਦਿਖਾਈ ਇਹਦੀ ਸੀ ਇਹ ਮੈਥਲ ਘਰ ਦੇ ਅੱਗੇ ਬੈਠਾ ਸੀ ਇਹਦੇ ਹੱਥ 'ਚ ਇੱਕ ਗਲਾਸ ਸੀਗਾ ਅਤੇ ਉਹਦੇ 'ਚ ਬਿਸਕੁਟ ਡਬੋ ਡਬੋ ਕੇ ਖਾ ਰਿਹਾ ਸੀਗਾ ਅਤੇ ਉਹ ਫੋਟੋ ਮੈਨੂੰ ਇੰਨੀ ਵਧੀਆ ਲੱਗੀ ਉਸ ਫੋਟੋ ਨੂੰ ਦੇਖ ਕੇ ਮੇਰੇ ਮਨ 'ਚ ਆਈਡੀਆ ਆਇਆ ਮੈਂ ਪਹਿਲਾਂ ਵੀ ਵਾਰਨਿੰਗ ਬਾਰੇ ਕੁਛ ਸੋਚਦਾ ਸੀ ਮੈਨੂੰ ਯਾਦ ਹੈ ਮੈਂ ਸ਼ੂਟਿੰਗ ਕਰ ਰਿਹਾ ਸੀ ਮੇਰੀ ਗਰੰਟੀ ਮੈਂ 'ਚ ਬੈਠੇ ਸੀਗੇ ਅਤੇ ਮੈਂ ਸੀਨ ਸ਼ੂਟ ਕਰਨ ਗਿਆ ਜਦ ਤੱਕ ਮੈਂ ਵਾਪਸ ਆਇਆ ਅਤੇ ਮੈਨੂੰ ਕਿਹਾ ਮੈਂ ਕੁਛ ਲਿਖਿਆ ਕਹਿੰਦਾ ਬਾਈ ਸੁਣਾਓ ਅਤੇ ਮੈਂ ਇਹਨੂੰ ਵਾਰਨਿੰਗ ਦਾ ਫਸਟ ਐਪੀਸੋਡ ਸੁਣਾਇਆ ਅਤੇ ਹਾਲੇ ਕਾਪੀ 'ਤੇ ਵੀ ਨਹੀਂ ਸੀ ਲਿਖਿਆ ਮਤਲਬ ਮੈਂ ਦਿਮਾਗ 'ਚ ਬਣਾਇਆ ਸੀ ਅਤੇ ਕਹਿੰਦਾ ਵੀ ਬਹੁਤ ਘੈਂਟ ਲੱਗ ਰਿਹਾ ਬਾਈ ਵੀ ਇੱਥੇ ਕੰਮ ਕਰੀਏ ਮੈਂ ਨਾਲ ਦੀ ਨਾਲ ਹੀ ਅਮਰ ਨੂੰ ਬੁਲਾ ਲਿਆ 15 ਮਿੰਟ ਹੀ ਲਾਏ ਹੋਏ ਸੋ ਅਮਰ ਆ ਗਿਆ ਫਟਾਫਟ ਐਗਜੀਕਿਊਟ ਕੀਤਾ ਬਹੁਤ ਛੋਟੇ ਬਜਟ ਦੀ ਚੀਜ਼ ਸੀ ਕਿਉਂਕਿ ਯੂਟਿਊਬ ਦੇ ਉੱਤੇ ਪਾਉਣੀ ਸੀ ਪਤਾ ਨਹੀਂ ਸੀ ਪ੍ਰੈਕਟੀਕਲੀ ਇਹ ਚੀਜ਼ ਚੱਲੂ ਜਾਂ ਨਹੀਂ ਚੱਲੂ ਕਿ ਇਹਦਾ ਐਕਸਪੀਰੀਅੰਸ ਕਿੱਦਾਂ ਹੋਊਗਾ ਅਤੇ ਬਹੁਤ ਹੀ ਗਰੀਬੀ ਦਾ ਮੈਂ ਸ਼ੂਟ ਕੀਤਾ ਸੋ ਇਹਨਾਂ ਨੇ ਆਪ ਹੀ ਐਫਰਟ ਮਾਰੀ ਬੜੀ ਉਹ ਚੀਜ਼ਾਂ ਚੀਜ਼ਾਂ ਲਿਖੀਆਂ ਗਈਆਂ ਸਾਰਾ ਐਪੀਸੋਡ ਬਣਾ ਲਿਆ 20-25 ਮਿੰਟ ਦਾ ਔਰ ਇਹ ਸੋਚਿਆ ਕਿ ਹਰ ਜੇ ਚੱਲ ਗਿਆ ਤਾਂ 20-25 ਮਿੰਟ ਦੀਆਂ ਇਹਨਾਂ ਦੇ ਐਪੀਸੋਡ ਨਵੇਂ ਬਣਾਇਆ ਕਰਾਂਗੇ ਸੋ ਇਸ ਐਪੀਸੋਡ ਦਾ ਜਿਹੜਾ ਪਰਪਸ ਸੀਗਾ ਪਹਿਲੇ ਐਪੀਸੋਡ ਦਾ ਉਹਦੇ ਵਿੱਚ ਮੈਂ ਬਿਠਾਇਆ ਸੀ ਕਿ ਇਹਨੂੰ ਇੱਕ ਬੰਦੇ ਕੋਲ ਜੋਬ ਮੰਗਣ ਜਾਂਦਾ ਅਤੇ ਰੋਟੀ ਮਿਲ ਰਹੀ ਹੁੰਦੀ ਉਹ ਸੀਗਾ ਕਿ ਮੇਰੀ ਮਾਂ ਇਹ ਘਰੇ ਭੁੱਖੀ ਆ ਮੈਂ ਕੁਛ ਐਫਰਟ ਕਰਾਂ ਮਾਂ ਦੇ ਲਈ ਰੋਟੀ ਬਣਾਵਾਂ ਰੋਟੀ ਕਮਾਵਾਂ ਅਤੇ ਜਦੋਂ ਉੱਥੇ ਜਾਂਦਾ ਤਾਂ ਉਹ ਇਹਨੂੰ ਪੁੱਠੇ ਰਾਹਾਂ 'ਤੇ ਪਾ ਦਿੰਦੇ ਆ ਔਰ ਇਹ ਵੀ ਥੋੜ੍ਹੇ ਜ਼ਿਆਦਾ ਪੈਸਿਆਂ ਦੇ ਇਲਾਜ 'ਚ ਜਾ ਕੇ ਪੁੱਠੇ ਰਾਹਾਂ 'ਤੇ ਪੈ ਜਾਂਦਾ ਅਤੇ ਉਹਦਾ ਕਲਾਈਮੈਕਸ ਅਸੀਂ ਇਹ ਕੀਤਾ ਸੀਗਾ ਕਿ ਜਿਹੜਾ ਵੀ ਬੰਦਾ ਰੌਂਗ ਪਾਸੇ ਪੈ ਜਾਂਦਾ ਅੰਕ ਉਹਦਾ ਬੁਰਾ ਹੈ ਸੋ ਐਂਡ ਦੇ ਉੱਤੇ ਪ੍ਰਿੰਸਨ ਮੱਜੀ ਆਲਮੋਸਟ ਵੀ ਮੈਂ ਮਾਰਤਾ ਸੀ ਪ੍ਰਿੰਸ ਅਤੇ ਉਹ ਐਪੀਸੋਡ ਇੰਨਾ ਚੱਲਿਆ ਔਰ ਲੋਕਾਂ ਨੇ ਇਵਨ ਮੇਰੇ ਬੱਚੇ ਕਹਿੰਦੇ ਨਹੀਂ ਪਾਪਾ ਪ੍ਰਿੰਸ ਚਾਚੇ ਪ੍ਰਿੰਸ ਦਾ ਇਹਨੂੰ ਬੋਲਦਾ ਕਰੋ ਫਟਾਫਟ ਕਹਿੰਦੇ ਇਹ ਮਾਰਨਾ ਨਹੀਂ ਚਾਹੀਦਾ ਇਹਦਾ ਕਹਿੰਦੇ ਐਪੀਸੋਡ ਤਾਂ ਆਏ ਹੀ ਇੱਦਾਂ ਦਾ ਸੋ ਲੋਕਾਂ ਦੇ ਕਮੈਂਟ ਇੰਨੇ ਆਏ ਅਤੇ ਮੈਨੂੰ ਪਤਾ ਕਿ ਮੈਂ ਸੈਕਿੰਡ ਐਪੀਸੋਡ ਕਿੱਦਾਂ ਲਿਖਿਆ ਉਹਦੇ 'ਚ ਕਿਵੇਂ ਘੁਮਾ ਕੇ ਪ੍ਰਿੰਸ ਨੂੰ ਦੁਬਾਰਾ ਬਿੰਗੀ ਕਰਨ ਕਰਕੇ ਮੈਂ ਇਹਨੂੰ ਜੋਗਾ ਕੀਤਾ ਜੇ ਉਹ ਸੈੱਟ ਕੀਤਾ ਸੋ ਇਹ ਵੀ ਯਾਦ ਰੱਖਣਾ ਵੀ ਤੈਨੂੰ ਜੋਗਾ ਕੀਤਾ ਸੀ ਫਿਰ ਜੋਗਾ ਜੋਗਾ ਕਰਕੇ ਲਿਆਉਂਦਾ ਮੈਂ ਸੋ ਫਿਰ ਸੈੱਟ ਕੀਤਾ ਫਿਰ ਕੇ ਇਹਨੂੰ ਜੋਗਾ ਕੀਤਾ ਇਹਨੇ ਫਿਰ ਬਹੁਤ ਮਾਰੇ ਅੱਗੇ ਅਤੇ ਉਹ ਐਸਾ ਗਰੋਹ ਬਣਿਆ ਸੋ ਕਈ ਚੀਜ਼ਾਂ ਮੈਨੂੰ ਹਮੇਸ਼ਾ ਇੱਦਾਂ ਲੱਗਦੀਆਂ ਕਿ ਜਦੋਂ ਸੱਚੀ ਨੀਅਤ ਨਾਲ ਜਿਹਦੇ 'ਚ ਕੋਈ ਬੇਈਮਾਨੀ
ਬਣਾਈਆਂ ਨਹੀਂ ਹੁੰਦੀਆਂ, ਓਨੈਸਟੀ ਨਾਲ ਬਣਾਈਆਂ ਜਾਂਦੀਆਂ ਨੇ। ਸੋ ਇਹ ਫਿਲਮ ਸਾਡਾ ਬੜਾ ਬਹੁਤ ਇਮਾਨਦਾਰੀ ਵਾਲਾ ਪ੍ਰੋਡਕਟ ਸੀਗਾ, ਜਿਹਦੇ 'ਚ ਅਸੀਂ ਸਾਰੇ ਬੰਦਿਆਂ ਨੇ, ਔਰ ਮੈਂ ਤੁਹਾਨੂੰ ਦੱਸਾਂ ਪਹਿਲੀ ਫਿਲਮ ਦੇ ਵਿੱਚ ਤਾਂ ਸਾਡੇ ਕੋਲ ਬਜਟ ਨਹੀਂ ਸੀ, ਜਦੋਂ ਅਸੀਂ ਇਹ ਬਣਾਈ ਸਾਡੇ ਕੋਲ ਪੂਰਾ ਬਜਟ ਸੀ। ਅਤੇ ਤੁਸੀਂ ਬਲੀਵ ਕਰੋ, ਪ੍ਰਿੰਸ ਮੇਰੇ ਕੋਲ ਆਇਆ ਅਤੇ ਇਹ ਕਹਿੰਦੇ ਭਾਅ ਜੀ ਅਸੀਂ ਇਸ ਸੈੱਟ ਦੇ ਉੱਤੇ ਵੀ ਕੋਈ ਵੈਰਟੀ ਬੈਨ ਨਹੀਂ ਰੱਖੀ, ਸਿਰਫ ਬੈਨ ਮੇਰੇ ਲਈ ਰਾਹੁਲ ਭਾਜੀ ਲਈ ਅਤੇ ਜੈਸਟਿਨ ਲਈ ਉਹ ਆਈ ਆ, ਉਸ ਤੋਂ ਬਿਨਾਂ ਕਿਸੇ ਬੰਦੇ ਨੇ ਕੋਈ ਫੈਸਿਲਿਟੀ ਨਹੀਂ ਲਈ। ਇਹ ਸਾਰੀ ਲੀਡਰ ਟੀਮ ਬੈਠੀ ਆ, ਇਹਨਾਂ ਨੇ ਇੰਨੀ ਐਫਰਟ ਕੀਤੀ ਆ ਇਸ ਫਿਲਮ ਦੇ ਲਈ ਮੈਂ ਦੱਸ ਨਹੀਂ ਸਕਦਾ, ਔਰ ਹਰ ਬੰਦੇ ਨੇ ਆਪਣਾ 100% ਪਾਇਆ ਵਾ। ਅਤੇ ਫਿਲਮ ਸਾਡੀ ਆਪਣਿਆਂ ਵੀਡੀਓ ਦਾ ਉਹ ਬਲਜੀਤ ਭਾਜੀ ਆ ਕੇ, ਬਾਕੀ ਸਾਰੀ ਸਟਾਰ ਕਾਸਟ ਰਾਹੁਲ ਭਾਜੀ ਆ ਗਏ, ਜੈਸਟਿਨ ਆ ਗਈ, ਇੱਧਰ ਰਾਜ ਅਕੇਲੇ ਹੋਈ ਬੈਠੇ ਆ, ਸਿੱਧੀ ਹੋਈ ਅਤੇ ਧੀਆ ਵੀ ਪਿਛਲੀ ਫਿਲਮ ਦੇ ਵਿੱਚ ਸਾਡਾ ਬਹੁਤ ਜਿਹੜਾ ਛਿੰਦਾ ਕਿਰਦਾਰ ਸੀ ਐਪਰੀਸ਼ੀਏਟ ਹੋਇਆ ਸੀ। ਅਤੇ ਉਸ ਫਿਲਮ ਦੇ ਵਿੱਚ ਇੱਕ ਸੀਨ ਸੀਗਾ ਜਦੋਂ ਅਸੀਂ ਦੱਸਦੇ ਸੀ, ਕਹਿੰਦਾ ਉਹ ਇਹਦਾ ਬਾਪੂ ਦੱਸਦਾ, ਕਹਿੰਦਾ ਵੀ ਇਹ ਦੋ ਜੁੜਵੇ ਭਰਾ ਨੇ, ਕਹਿੰਦਾ ਵੀ ਭੱਟੇ ਦੀ ਮੈਂ ਬਣਦੀ ਸੀ, ਕਹਿੰਦਾ ਉਹ ਮਾਂ ਨਾਲੇ ਬੋਲਦਾ ਬੋਲਦਾ ਵਾ, ਸੋ ਮੇਰੇ ਨਾਲ ਵਾਲਾ ਹੈ ਨਹੀਂ ਹੁੰਦਾ। ਸੋ ਐਤਕੀ ਫਿਲਮ ਦੇ ਵਿੱਚ ਫਿਰ ਉਹ ਕੀਪਾ ਆਇਆ ਵਾ, ਅਤੇ ਸਾਰੇ ਦਾ ਜੱਟੀ ਆ ਗਿਆ ਹੋਇਆ, ਜੱਸੀ ਬਾਈ ਹੋਣੀ, ਸਾਰੇ ਵੀਰ ਚੀਮੇ ਹੋਣੀ, ਸਾਰੇ ਸੋਹੀ ਸਾਹਿਬ, ਸੋਹੀ ਸਾਹਿਬ ਬਾਰੇ ਤਾਂ ਆਪਾਂ ਕਹੀ ਨਹੀਂ ਸਕਦੇ, ਉੱਥੇ ਤਾਂ ਮੁੱਕ ਜਾਂਦੀਆਂ ਨੇ ਗੱਲਾਂ, ਰੋਣੀ ਸਾਹਿਬ, ਸੋ ਸਾਰੀ ਇੰਟਾਇਰ ਕਾਸਟ ਨੂੰ ਥੈਂਕ ਯੂ ਕਰਦਾ, ਔਰ ਤੁਹਾਡਾ ਖਾਸ ਕਰਕੇ, ਔਰ ਟ੍ਰੇਲਰ ਬਹੁਤ ਐਪਰੀਸ਼ੀਏਟ ਹੋ ਰਿਹਾ। ਅਤੇ ਸਾਨੀ ਸਾਹਿਬ ਬੈਠੇ ਨੇ, ਕਹਿੰਦੇ ਫਿਲਮ ਦਾ ਮਾਹੌਲ ਬਹੁਤ ਹੌਟ ਹੈ, ਕਹਿੰਦੇ ਪਹਿਲੀ ਫਿਲਮ ਐਡਾ ਦੀ ਹੋਣੀ, ਮੈਨੂੰ ਕਹਿ ਕੇ ਅੱਡੇ ਨੇ, ਕਹਿੰਦੇ ਵੀ ਥੀਏਟਰ ਵਾਲੇ ਮੈਨੂੰ ਕਹਿ ਰਹੇ ਵੀ ਭਾਅ ਜੀ ਮੰਡੇ ਤੱਕ ਤਾਂ ਸੈਂਸਰ ਆਈ ਜਾਣਾ ਵਾ, ਅਡਵਾਂਸ ਹੋ ਗਈਏ ਸੈਂਸਰ। ਸੋ ਉਮੀਦ ਆ, ਅਤੇ ਐਤਕੀ ਅਸੀਂ ਕੋਸ਼ਿਸ਼ ਇੱਕ ਹੋਰ ਵੀ ਕੀਤੀ ਆ, ਕਿਉਂਕਿ ਪਿਛਲੀ ਫਿਲਮ ਦੇ ਵਿੱਚ 2-4 ਚੀਜ਼ਾਂ ਐਸੀਆਂ ਸੀਗੀਆਂ ਜਿਹਦੇ ਕਰਕੇ ਸਾਨੂੰ ਅਡਲਟ ਸਰਟੀਫਿਕੇਟ ਮਿਲਿਆ ਸੀਗਾ, ਅਤੇ ਅਸੀਂ ਕੋਸ਼ਿਸ਼ ਕੀਤੀ ਆ ਕਿ ਐਤਕੀ ਉਹ ਵੀ ਕੋਈ ਬਿਲਕੁਲ ਨਾ ਹੋਵੇ, ਮਾਹੌਲ ਉਹੀ ਰੱਖਿਆ। ਬਟ ਜੇ ਤੁਸੀਂ ਆਪਣੀ ਫੈਮਿਲੀ ਨਾਲ ਬੈਠ ਕੇ ਵੀ ਦੇਖੋਗੇ ਤਾਂ ਤੁਹਾਨੂੰ ਕੋਈ ਇੱਦਾਂ ਦਾ ਸ਼ੱਕ ਜਾਂ ਕੋਈ ਇੱਦਾਂ ਦਾ ਵਰਡ ਐਸਿਆ ਨਹੀਂ ਮਿਲੂਗਾ, ਇੱਦਾਂ ਬਹੁਤ ਤੁਹਾਨੂੰ ਐਂ ਲੱਗੇ ਵੀ ਯਾਰ ਨਹੀਂ ਇਹ ਚੀਜ਼ ਕਰਨੀ ਨਹੀਂ ਸੀ ਚਾਹੀਦੀ। ਸੋ ਵੀ ਆਰ ਟ੍ਰਾਈਂਗ ਟੂ ਕਿ ਸਾਡੀ ਜਿਹੜੀ ਆਡੀਅੰਸ ਆ ਉਹ ਵਧੇ ਇਸ ਫਿਲਮ ਦੀ, ਔਰ ਵੈਸੇ ਵੀ ਪੰਜਾਬ ਵਿੱਚ ਐਕਸ਼ਨ ਫਿਲਮਾਂ ਬਣਨੀ ਸੀ ਰਹੀਆਂ ਚੰਗੀ ਤਰ੍ਹਾਂ, ਸੋ ਪਹਿਲੀ ਮੇਰੀ ਇੱਕ ਐਡਾ ਵੱਡਾ ਐਫਰਟ ਕੀਤਾ ਅਤੇ ਸਪੋਰਟ ਕਰੇ, ਥੈਂਕ ਯੂ ਸੋ ਮਚ। ਥੈਂਕ ਯੂ ਸੋ ਮਚ। ਯੈਸ ਸਰ, ਨੈਕਸਟ ਕੁਐਸਚਨ ਫਿਕਸ ਬਾਈ ਜੀ। ਸੋ ਬਾਈ ਪਹਿਲੀ ਫਿਲਮ ਦੇ ਵਿੱਚ ਤੁਹਾਡੇ ਪਿੱਛੇ ਗੇਜਾ ਸੀ ਰਹਿਣਾ, ਹੁਣ ਗੇਜਾ ਫੇਰ ਆ ਗਿਆ, ਨਾਲ ਸਿਟੀ ਵੀ ਜੁੜ ਗਿਆ, ਸੋ ਫਿਰ ਇਸ ਫਿਲਮ ਦੀ ਕਿੱਦਾਂ ਲੱਗਾ ਮਨ ਵਾਲਾ? ਦੇਖੋ ਗੇਜਾ ਤਾਂ ਨਹੀਂ ਹੋਣਾ ਬਿਲਕੁਲ ਲੋਟ, ਬਣਦਾ ਹੀ ਨਹੀਂ ਹੁਣ ਜਿਹੜਾ
ਨਵਾਂ ਬਣਦਾ ਪਿਆ, ਆਪਦੀ ਥਾਂ ਲੈ ਕੇ ਬਣਦਾ ਪਿਆ, ਉਹਦੇ ਵਿੱਚ ਤਾਂ ਜਮੀ ਤੇ ਨਾਲ ਹੀ ਪੇਟ ਬਾਈ ਨੂੰ ਮੈਂ ਦਿਖਾ ਦੀ, ਮੈਂ ਕਿਹਾ ਜੀ ਮੈਂ ਬਣਾ ਲਈ, ਕਹਿੰਦੇ ਤੇਰਾ ਪ੍ਰਭਰਾਂ ਦਾ ਸਰੂਪ ਹੈ। ਠੀਕ ਹੈ, ਔਰ ਜਿੱਥੇ ਤੁਹਾਨੂੰ ਇੰਨਾ ਮਾਣ ਇੰਨਾ ਪਿਆਰ ਇੰਨਾ ਮਾਹੌਲ ਮਿਲੇ, ਜਿਵੇਂ ਬਾਈ ਜੀ ਕੋਲ ਜਿੱਥੇ ਕਨੇਡਾ ਵੀ ਗਿਆ, ਘਰੇ ਬੱਚੇ ਸਾਰੇ ਹੈ ਨਾ, ਉਹਨੂੰ ਇੱਕ ਪਰਿਵਾਰ ਵਾਲਾ ਮਾਹੌਲ ਮਿਲੇ, ਤਾਂ ਤੁਸੀਂ ਕਿਵੇਂ ਆਸੇ ਪਾਸੇ ਚੱਕੋਗੇ। ਨਾ ਹੀ ਬਾਈ ਜੀ ਨੇ ਮੈਨੂੰ ਕਦੇ ਰੋਕਿਆ ਵੀ ਤੂੰ ਆਹ ਨਹੀਂ ਕਰਨਾ ਉਹ ਨਹੀਂ ਕਰਨਾ, ਸਗੋਂ ਚੇਤਾ ਸਿੰਘ ਹੋਰ ਪ੍ਰੋਡਕਸ਼ਨ ਉਸਦੀ ਹੋਰ ਕੰਪਨੀ ਸੀ ਬਾਈ, ਤਿੰਨ ਚਾਰ ਘੰਟੇ ਲਾ ਕੇ ਮੇਰੇ ਪਿੱਛੇ ਬਿਲਕੁਲ ਖੜ੍ਹੇ ਹੋ ਕੇ ਸਟੈਂਡ ਲੈਂਦੇ ਆ, ਅਤੇ ਇਹ ਸਾਰੀਆਂ ਚੀਜ਼ਾਂ ਦਾ ਜਿਹੜਾ ਆਪਾਂ ਕਹਿ ਦਈਏ ਪੰਚ, ਜਿਹੜਾ ਇਹ ਰੰਗਾਂ ਦਾ ਗੁੱਛਾ ਜਿਹੜਾ, ਉਹ ਹੁਣ ਹੋਰ ਬੰਦੇ ਹੋਰ ਫੁੱਲ ਵੀ ਆ ਗਏ, ਵਾਰਨਿੰਗ ਟੂ ਆ, ਔਰ ਮਜ਼ਾ ਹੋਊਗਾ ਗੁੱਛੇ ਦਾ, ਤੁਹਾਨੂੰ ਸਵਾਦ ਆਉਣਾ, ਅੱਡ ਅੱਡ ਤਰ੍ਹਾਂ ਦੇ ਫੁੱਲ ਹੈ, ਅੱਡ ਅੱਡ ਰੰਗ ਹੈ, ਸਾਰੇ ਜਣੇ ਮਿਲੇ ਆ, ਅਤੇ ਮਾਹੌਲ ਬਣਦਾ। ਫਿਰ ਮੈਂ ਕਹਿੰਦਾ ਕਿ ਗੇਜਣ ਦੀ ਲੋੜ ਪਾਉਣ ਦੇ ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਨੂੰ ਬੜੀ ਖੁਸ਼ੀ
ਸੀ ਉਹ ਦੱਸਿਆ ਮੈਨੂੰ ਬਹੁਤ ਖੁਸ਼ੀ ਹੋਈ ਹੈ ਇੱਥੇ ਆ ਕੇ ਕੰਮ ਕਰਨ ਦੀ ਮੈਂ ਜਲਦ ਹੀ ਮੌਕਾ ਮਿਲਦਾ ਇੱਥੇ ਕੰਮ ਕਰਨ ਦਾ ਖਾਸ ਤੌਰ 'ਤੇ ਮੈਂ ਇਸ ਦਿਨ ਵੀ ਲੱਗ ਰਿਹਾ ਪਿਆਰ ਬਹੁਤ ਪਾਇਆ ਇਹਨਾਂ ਨੇ ਬਹੁਤ ਅਤੇ ਇਹਨਾਂ ਬਹੁਤ ਖੁਸ਼ੀ ਹੁੰਦੀ ਹੈ ਮਤਲਬ ਇਹਨਾਂ ਨੂੰ ਫੋਲੋ ਕਰਦਾ ਜਗਾਨ ਸ਼ੇਰ ਸਿੰਘ ਜੀ ਭਾਈ ਭਾਈ ਇੰਨੀ ਖੁਸ਼ੀ ਹੁੰਦੀ ਹੈ ਅਤੇ ਸਾਡੇ ਜਿਹੜੇ ਆਰਟਿਸਟਿਕ ਬਹੁਤ ਹੀ ਜ਼ਿਆਦਾ ਸਰਕਾਰ ਡਿਫਰੈਂਟ ਨੇ ਅਤੇ ਦੀਪ ਭਾਜੀ ਨਾਲ ਅਸੀਂ ਇੱਕ ਅਸੀਂ ਪਹਿਲਾਂ ਕਈ ਵਾਰ ਸ਼ੋਅ ਹੋਏ ਜੀ ਅਤੇ ਮਿਰਜ਼ਾ ਤੁਹਾਨੂੰ ਸੀ ਜੀ ਕੈਨੇਡਾ 'ਚ ਕੰਮ ਕੀਤਾ ਜੀ ਮਗਰ ਇੱਧਰ ਜਿਹੜੀ ਮੇਰੀ ਡਬਿੰਗ ਦੇ ਠੀਕ ਹੋਈ ਹੈ ਜੋ ਵੀ ਉਹਨਾਂ ਦਾ ਹੱਕ ਲਾਇਆ ਬੈਠਣ ਦੇ ਨਾਲ ਅਮਰ ਮੰਡਲ ਹੈ ਨਾ ਅਤੇ ਇਸ ਫਿਲਮ ਦੀ ਗੱਲ ਕਰਾਂ ਅਤੇ ਦੂਜੀ ਬਹੁਤ ਇੰਟਰਸਟਿੰਗ ਗੱਲ ਜਿਹੜੀ ਇਸ ਫਿਲਮ ਦੀ ਹੈਗੀ ਕਿ ਬਹੁਤ ਜ਼ਿਆਦਾ ਕੌਮੇਡੀ ਦੇਖਣ ਨੂੰ ਮਿਲਦੀ ਪੰਜਾਬ 'ਚ ਅਤੇ ਇਹ ਕਾਫੀ ਅਰਸੇ ਬਾਅਦ ਮੈਨੂੰ ਲੱਗਿਆ ਕਿ ਔਨ ਸੌਂਗ ਕਾਇੰਡ ਆਫ ਫਿਲਮ ਐਂਡ ਥੈਂਕਸ ਟੂ ਕ੍ਰਿਟਿਕ ਫੋਰ ਪ੍ਰੋਸੈਸਿਸ ਦ ਸਕਸੈਸ ਆਫ ਵਾਰਨਿੰਗ ਵਨ ਐਂਡ ਦੈਨ ਯੂ ਨੋ ਦ ਟੇਕਿੰਗ ਆਫ ਦ ਸ਼ੋਟਸ ਜੇ ਉਹਦੀ ਗੱਲ ਕਰਾਂ ਇੱਕ ਤਾਂ ਇਹਦੇ ਵਿੱਚ ਰੋਨੈਸ ਹੈਗੀ ਹੈ ਇੱਕ ਇਨੋਸੈਂਸ ਹੈ ਬਹੁਤ ਹੀ ਜ਼ਿਆਦਾ ਮਸੂਮੀਅਤ ਹੈ ਇਹਨਾਂ ਦੀ ਨਾ ਕਿਰਦਾਰੀ 'ਚ ਪੰਮਾ ਬਾਜੀ ਜੀ ਨੇ ਗੱਲ ਕਰ ਰਹੇ ਹੋ ਮਤਲਬ ਮਜ਼ਾ ਤਾਂ ਹੈ ਹੀ ਸੁਣਨ ਦਾ ਜਿਹੜੇ ਡਾਇਲੋਗ ਨੇ ਉਹਦੇ ਵਿੱਚ ਨਾ ਮਾਸੂਮੀਅਤ ਹੈ ਅਤੇ ਬਹੁਤ ਚੰਗਾ ਲੱਗਦਾ ਜਦੋਂ ਕੁਛ ਕਹਿੰਦੇ ਫਿਲਮ 'ਚ ਕੁਛ ਵੀ ਕਹਿੰਦੇ ਨੇ ਅਤੇ ਹਾਸਾ ਤਾਂ ਆਉਂਦਾ ਹੀ ਨੈਚੁਰਲੀ ਟਾਈਮਿੰਗ ਇਹਨਾਂ ਦੀ ਇਸ ਤਰ੍ਹਾਂ ਦੀ ਹੈ ਅਤੇ ਮੇਹਰ ਇਹਨਾਂ ਦੇ ਉੱਤੇ ਇਸ ਤਰ੍ਹਾਂ ਦੀ ਹੈ ਅਤੇ ਜਦੋਂ ਇਹਨੇ ਇਹਨਾਂ ਨੂੰ ਰੇਟ ਕੀਤੀ ਫਿਲਮ ਇਸ ਤਰ੍ਹਾਂ ਅਸੀਂ ਬਣਾ ਰਹੇ ਨਾ ਬੜੀ ਹੌਲੀ ਹੌਲੀ ਬੋਲਦੀ ਗੱਲ ਤਾਂ ਨਹੀਂ ਸੁਣਦਾ ਕਹਿੰਦਾ ਹਾਂ 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 ਕਰਦਾ ਗਿਆ ਇਸ ਤਰ੍ਹਾਂ ਚੱਲਦਾ ਗਿਆ ਮੈਂ ਅੱਜ ਕੱਲ੍ਹ ਭਾਰੀ ਆਵਾਜ਼ ਦਿੱਤੀ ਨਾ ਅਤੇ ਨਾਲੇ ਬੜਾ ਲੋਕ ਗੀਤ ਤੇ ਬੋਲਦੇ ਨੇ ਫੋਨ 'ਤੇ ਖਾਸ ਤੌਰ 'ਤੇ ਅਤੇ ਗਾੜੀ ਇੰਨੀ ਨਾ ਕਿ ਪੰਜਾਬੀ ਮੈਨੂੰ ਨਾ ਅੱਧੀ ਗੱਲਾਂ ਇਹਨਾਂ ਦੀ ਸਮਝ ਨਹੀਂ ਆਈ ਮੈਂ ਤਾਂ ਵੀ ਹਾਂ ਕਰਦਾ ਯਾਰ ਪਿਆਰ ਇਹਨਾਂ ਨੇ ਇੰਨਾ ਪਾਇਆ ਹੈ ਮੈਂ ਆ ਰਿਹਾ ਜੀ ਕੰਮ ਮੇਰੇ ਵਾਸਤੇ ਕੀਤੇ ਸੀ ਉਹਨਾਂ ਨਾਲ ਪਿਆਰ ਸੀਗਾ ਸਾਡਾ ਬਾਕੀ ਰਣਜੀਤ ਜਿਹੜਾ ਹੈ ਜਿਹੜਾ ਮੇਰੇ ਕਰੈਕਟਰ ਦਾ ਨਾਂ ਹੈ ਫਿਲਮ 'ਚ ਉਹ ਮੈਂ ਕਹਿ ਸਕਦਾ ਇਹਨੇ ਜਿੰਨੇ ਪਿਆਰੇ ਲੋਕ ਬੈਠੇ ਨੇ ਇੱਥੇ ਇਹਨਾਂ ਦਾ ਇੱਕ ਐਂਟੀ ਕਰੈਕਟਰ ਹੈ ਸਾਰੇ ਇਹਨਾਂ ਦਾ ਇਹ ਹੈ ਕਿ ਵੀ ਉਹਦਾ ਕੰਮ ਹੈ ਕਿ ਉਹਨਾਂ ਨੂੰ ਬਦਲ ਲਈ ਇੱਕ ਥਾਂ ਤੋਂ ਲੈ ਕੇ ਦੂਜੀ ਥਾਂ ਲੈ ਕੇ ਜਾਣਾ ਉਹਨਾਂ ਸਾਰਿਆਂ ਨੂੰ ਬਿਠਾ ਕੇ ਉਹਦੇ ਵਿੱਚ ਜਿਹੜੀ ਬੱਸ ਜੀ ਬਣਾਈ ਉਹਨਾਂ ਨੇ ਬਹੁਤ ਸੁੰਦਰ ਬੱਸ ਬਣਾਈ ਹੈ ਚਾਹੇ ਉਹ ਇੱਕ ਲਾਈਨ ਬੋਲੇ ਚਾਹੇ ਸੀਰੀਅਲ ਬਾਰੇ ਪਾਓ
ਚਾਹੇ ਜੋ ਮਰਜ਼ੀ ਕਰੇ, ਉਹਦਾ ਨਾ ਇੱਕ ਇੱਕ ਬੰਦੇ ਨੇ ਨਾ ਇੱਕ ਅਨਸੰਗ, ਲਿਟਰਲੀ ਇੱਕ ਅਨਸੰਗ ਕਾਸਟ ਹੈ ਨਾ, ਇੱਕ ਬਹੁਤ ਹੀ ਬਿਊਟੀਫੁਲ, ਬਹੁਤ ਹੀ ਸੁੰਦਰ ਤਰੀਕੇ ਨਾਲ ਉਹਨੂੰ ਪ੍ਰਜੈਂਟ ਕੀਤਾ ਡੈਰਿਕ ਬੋਸ ਨੂੰ, ਡਾਇਰੈਕਟਰ ਜਿਹਨਾਂ ਨੇ ਕੰਸੀਵ ਕੀਤਾ, ਜੋ ਸ਼ੈਤਾਨ ਬੈਠੇ ਨੇ ਇੱਥੇ, ਅਤੇ ਬਿਲਕੁਲ ਉਮੀਦ ਹੈ ਤੁਸੀਂ ਪਲੀਜ਼ ਸਾਰੇ ਉਹਨੂੰ ਅੱਗੇ ਲੈ ਕੇ ਜਾਓ, ਆਡੀਅੰਸ ਨੂੰ ਸੁਣਾਉਣਗੀਆਂ, ਬਾਕੀ ਬੈਠੇ ਅਤੇ ਹੱਥ ਚਾਹੀਦੇ ਕੀਤਾ ਬਾਅਦ
ਅਤੇ ਫਿਰ ਭਾਈ ਨਾਲ ਸਾਰੀਆਂ ਉਹ ਤੋਂ ਬਾਅਦ ਮੈਂ ਬਾਹਰ ਵੀ ਕੰਮ ਕਰਦਾ ਮੈਂ ਜਦੋਂ ਮੈਂ ਭਾਈ ਨਾਲ ਮੰਜੇ ਰਿਸ਼ਤੇ ਵਿੱਚ ਕੀਤਾ ਕੰਮ ਅਤੇ ਉਸ ਤੋਂ ਬਾਅਦ ਮੈਂ ਬਾਹਰ ਵੀ ਕੰਮ ਕੀਤਾ ਫਿਰ ਮੈਂ ਹੰਬਲ 'ਚ ਕੰਮ ਕੀਤਾ ਸਾਰੀਆਂ ਫਿਲਮਾਂ ਹੰਬਲ 'ਚ ਕੀਤੀਆਂ ਅਤੇ ਲਾਸਟ ਫਿਲਮ ਸੀ ਮੇਰੀ ਡਾਕਟਰ ਅਤੇ ਮੈਨੂੰ ਯਾਦ ਆ ਕਿ ਮੈਂ ਕਿ ਪੀ ਭਾਈ ਦਾ ਬਹੁਤ ਥੈਂਕ ਕਰਦਾ ਕਿ ਹਮੇਸ਼ਾ ਮੈਨੂੰ ਸਪੋਰਟ ਕਰਦੇ ਕਿ ਉਹ ਫਿਲਮ ਭਾਈ ਨੇ ਸੰਧੂ ਕਰਨੀ ਸੀ ਅਤੇ ਅਸੀਂ ਜਾਈ ਜਾਈਏ ਗੱਡੀ 'ਚ ਅਤੇ ਮੈਂ ਕਿਹਾ ਭਾਜੀ ਮੇਰੀ ਨੇ ਲਾਸਟ ਫਿਲਮ ਡਾਕਟਰ ਹੁਣ ਮੈਂ ਐਕਟਿੰਗ ਕਰਦੀ ਅਤੇ ਮੈਂ ਵਿਨੋਦ ਭਾਈ ਨਾਲ ਗੱਲ ਕੀਤੀ ਅਤੇ ਵਿਨੋਦ ਭਾਈ ਕਹਿੰਦੇ ਕਿ ਪੀ ਭਾਈ ਨੇ ਤੇਰੀ ਗੱਲ ਕੀਤੀ ਸੰਧੂ ਦੇ ਵਿੱਚ ਇਸ ਸੀਜ਼ਨ ਤੂੰ ਹੀ ਕਰਦੀ ਆ ਅਤੇ ਬਾਈ ਕਹਿੰਦੇ ਕਿ ਅਮਰ ਹੀ ਆਊਗਾ ਅਤੇ ਮੈਂ ਕਿਹਾ ਮੈਂ ਤਾਂ ਫੈਸਲਾ ਲੈ ਚੁੱਕਿਆ ਕਿ ਮੈਂ ਤਾਂ ਹੁਣ ਆਪਣੀ ਹੀ ਕਰਦੀ ਹਾਂ ਪਰ ਜਦੋਂ ਮੈਂ ਬਾਈ ਨਾਲ ਗੱਲ ਕੀਤੀ ਵਿਨੋਦ ਭਾਈ ਕਹਿੰਦੇ ਕਿ ਤੂੰ ਗੱਲ ਕਰ ਜਾ ਕੇ ਬਾਈ ਨਾਲ ਕੋਈ ਚੱਕਰ ਨਹੀਂ ਅਤੇ ਬਾਈ ਹਮੇਸ਼ਾ ਇਹਨੂੰ ਸਪੋਰਟ ਕਰਦੇ ਅਤੇ ਮੈਂ ਬਾਈ ਨਾਲ ਗੱਲ ਕੀਤੀ ਅਤੇ ਬਾਈ ਕਹਿੰਦੀ ਕੋਈ ਨਹੀਂ ਅਤੇ ਜੇ ਤੂੰ ਕਰਨਾ ਚਾਹੁੰਦਾ ਆਪਣੇ ਤਾਂ ਫਿਰ ਆਪਾਂ ਕਰਦੇ ਹਾਂ ਸ਼ੁਰੂ ਅਜੇ ਸੰਧੂ ਦਾ ਸ਼ੂਟ ਚੱਲ ਰਿਹਾ ਸੀ ਅਤੇ ਮੈਨੂੰ ਬਾਈ ਦਾ ਫੋਨ ਆ ਗਿਆ ਕਿ ਆ ਜਾ ਮਤਲਬ ਤੇਰੇ ਲਈ ਕੁਛ ਲਿਖਿਆ ਅਤੇ ਜਦੋਂ ਬਾਈ ਨੇ ਡਿਸਕਸ ਕੀਤੀ ਬੋਰਡਿੰਗ ਦੀ ਪ੍ਰਿੰਸ ਬਾਈ ਹੋਣਾ ਹਰਦੀਪ ਬਾਈ ਹੋਣਾ ਅਤੇ ਪ੍ਰਿੰਸ ਬਾਈ ਹੋਣਾ ਨੇ ਨਾਮ ਲਿਆ ਜਦੋਂ ਮੇਰਾ ਇੱਕ ਗਾਣਾ ਬਣਾਇਆ ਸੀ ਸ਼ਿਕਾਰ ਅਤੇ ਉਦੋਂ ਕਹਿੰਦੇ ਕਿ ਅਮਰ ਬਹੁਤ ਵਧੀਆ ਗਾਉਂਦਾ ਅਤੇ ਬਾਈ ਨੇ ਮੈਨੂੰ ਬੁਲਾਇਆ ਕਿ ਅਮਰ ਤੂੰ ਆਇਆ ਅਤੇ ਫਿਰ ਉਸ ਤੋਂ ਬਾਅਦ ਫਿਰ ਵਾਰਨਿੰਗ ਦਾ ਸਫ਼ਰ ਸ਼ੁਰੂ ਹੋਇਆ ਅਤੇ ਅਸੀਂ ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਮੇਰੇ ਨਾਲ ਦੀ ਜਗਵੀਰ ਅਤੇ ਗੁਰਮੀਤ ਹੁੰਦੇ ਆ ਰਸ਼ਮੇ 'ਚ ਉਹਨਾਂ ਨੇ ਬਹੁਤ ਮਿਹਨਤ ਕੀਤੀ ਆ ਮਲਕਾਣਾ ਵਾ ਫਿਰ ਛੋਟੇ ਭਰਾ ਨੇ ਵਾਰਨਿੰਗ ਤੋਂ ਹੈਲਪ ਕੀਤੀ ਆ ਗੁਰਜੀ ਅਤੇ ਉਹਨੇ ਘੱਟੋ ਘੱਟ 3-4 ਮਹੀਨੇ ਲਾਏ ਆ ਮੈਂ ਇਹਦੇ ਹੁੰਦੇ ਅਤੇ ਮੈਂ ਉਹ ਸਾਰੇ ਟੈਕਨੀਕਲ ਬੰਦੇ ਦਾ ਨਾਮ ਸੀ ਜਿਹੜੇ ਜਿਹੜੇ ਕੰਮ ਕੀਤਾ ਅਤੇ ਇੱਕ ਮੁੰਡਾ ਕੇਵੀ ਨਾ 5-6 ਮਹੀਨੇ ਉਹਨੂੰ ਲੱਗ ਗਿਆ ਠੀਕ ਹੈ ਅਤੇ ਇਸ ਫਿਲਮ 'ਤੇ ਸਾਰੀ ਟੀਮ ਦੀ ਬਹੁਤ ਮਿਹਨਤ ਹੋਈ ਆ ਸਾਰਿਆਂ ਨੇ ਬਹੁਤ ਹੀ ਜ਼ਿਆਦਾ ਦੇਰ ਨਾਲ ਕੰਮ ਕੀਤਾ ਸਾਰੇ ਜਿੰਨੇ ਵੀ ਆਰਟਿਸਟ ਆ ਰਾਜ ਬਾਈ ਧੀਰਾ ਬਾਈ ਬੋਲੀ ਬਾਈ ਠੀਕ ਹੈ ਜੀ ਅਤੇ ਸਾਰੇ ਮੈਨੂੰ ਯਾਦ ਆ ਕਿ ਇੱਕ ਕੋਲੇਜ ਪੈ ਗਏ ਕੋਈ ਮਿਹਨਤ ਨਹੀਂ ਹੋਈ ਸਾਰੇ ਕਮਰੇ ਦੇ ਵਿੱਚ ਬੱਚੇ ਥੱਲੇ ਗੱਦੇ ਵਜਾ ਕੇ ਠੀਕ ਹੈ ਅਤੇ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਆ ਅਤੇ ਉਹ ਮਿਹਨਤ ਤੁਹਾਨੂੰ 2-3 ਨੂੰ ਦਿਖੂਗੀ ਕਿ ਸਾਰੀ ਟੀਮ ਨੇ ਕਿੰਨੀ ਮਿਹਨਤ ਕੀਤੀ ਆ ਅਤੇ ਮੈਂ ਫਿਰ ਦੁਬਾਰਾ ਭਾਈ ਦਾ ਮੈਨੂੰ ਭਾਈ ਦਾ ਬਹੁਤ ਉਹ ਆ ਕਿ ਮੇਰੇ ਲਈ ਡੀਓਪੀ ਕਰਨ ਆਏ ਭਾਈ ਅਤੇ ਭਾਈ ਥੈਂਕ ਯੂ ਸੋ ਮਚ ਥੈਂਕ ਯੂ ਭਾਈ ਥੈਂਕ ਯੂ ਸੋ ਤੁਹਾਡਾ ਬਹੁਤ ਵੱਡਾ ਕੰਟਰੀਬਿਊਸ਼ਨ ਸਾਡੀ ਸਾਰੀ ਟੀਮ ਜਿਹੜੀ ਵਾਰਨਿੰਗ 1 'ਚ ਨਹੀਂ ਵੀ ਸੀ ਬਟ ਇਹਨਾਂ ਦੀਆਂ ਬੈਸਟ ਵਿਸ਼ਿਸ ਪ੍ਰੇਅਰਸ ਬਹੁਤ ਜ਼ਿਆਦਾ ਸੀ ਕਿ ਯਾਰ ਇਹ ਫਿਲਮ ਚੱਲਣੀ ਚਾਹੀਦੀ ਸੋ ਉਹ ਜਦੋਂ ਫਿਲਮ ਚੱਲੀ ਉਹ ਫਿਲਮ ਨਾਲ ਸਾਨੂੰ ਸਾਰਿਆਂ ਨੂੰ ਇਹ ਬਹੁਤ ਖੁਸ਼ੀ ਹੋਈ ਆ ਕਿ ਭਾਈ ਦਾ ਇਨੀਸ਼ੀਏਟਿਵ ਸੀਗਾ ਕਿ ਯਾਰ ਇੱਕ ਪੰਜਾਬ ਦੇ ਅੰਦਰ ਇੱਕ ਉਹ ਜਾਨਰ ਹੈ ਜਿਹੜਾ ਸਾਊਥ ਦੇ ਅੰਦਰ ਦੇਖਣ ਨੂੰ ਮਿਲਦਾ ਹੈ ਹਿੰਦੀ ਦੇ ਅੰਦਰ ਦੇਖਣ ਨੂੰ ਮਿਲਦਾ ਪਰ ਪੰਜਾਬੀ ਵਿੱਚ ਨਹੀਂ ਸੀ ਦੈਟ ਵਾਸ ਇਹ ਜਿਹੜਾ ਵਾਰਨਿੰਗ ਦਾ ਜਾਨਰ ਹੈ ਸੋ ਇੱਕ ਚੀਜ਼ ਦਾ ਵਾਰਨਿੰਗ ਤੋਂ ਇਲਾਵਾ ਗਿੱਪੀ ਭਾਅ ਜੀ ਪਰਸਨਲੀ ਕਹਿਣਾ ਚਾਹੂੰਗਾ ਕਿ ਇੰਡਸਟਰੀ ਅੱਜ ਜਿਹੜੇ ਮਕਾਮ 'ਤੇ ਇੰਡਸਟਰੀ ਜਿਹੜੇ ਅੱਜ ਯੁੱਗ 'ਚ ਚੱਲਦੀ ਹੈ ਇੱਥੇ ਫਿਲਮਾਂ ਡਿਫਰੈਂਟ ਫਿਲਮਾਂ ਬਣੀਆਂ ਬਹੁਤ ਜ਼ਰੂਰੀ ਸੋ ਐਜ਼ ਹੰਬਲ ਜਦੋਂ ਕੈਰੀਅਰ ਜੱਟਾਂ ਬਣਾਉਂਦੇ ਨੇ ਇਹ ਨਾਲ ਅਰਦਾਸ ਵੀ ਬਣਾਉਂਦੇ ਨੇ ਜਦੋਂ ਅਰਦਾਸ ਬਣਾ ਕੇ ਲੋਕਾਂ ਦੇ ਦਿਲਾਂ ਨੂੰ ਛੁੱਟਦੇ ਨੇ ਉਸ ਤੋਂ ਬਾਅਦ ਇਹਨਾਂ ਨੂੰ ਇਹ ਲੱਗਦਾ ਕਿ ਯਾਰ ਸਿਰਫ ਸਿੱਖਿਆ ਮਿਸਿੰਗ ਹੈ ਸੋ ਸਿਰਫ ਸਿੱਖਿਆ ਵਜਵਾਉਣ ਲਈ ਵਾਰਨਿੰਗ ਬਣਾਉਂਦੇ ਨੇ ਸੋ ਮੈਨੂੰ ਲੱਗਦਾ ਆਪਾਂ ਸਾਰਿਆਂ ਨੂੰ ਐਜ਼ ਫਿਲਮ ਫਰਟੈਨਿਟੀ ਇਹਨਾਂ ਦਾ ਥੈਂਕ ਯੂ ਕਰਨਾ ਚਾਹੀਦਾ ਕਿ ਯਾਰ ਅੱਜ ਡਿਫਰੈਂਟ ਫਿਲਮਾਂ ਡਿਫਰੈਂਟ ਕਲਰਸ ਡਿਫਰੈਂਟ
ਐਕਟਰਸ ਨੂੰ ਲੈ ਕੇ ਪੰਜਾਬੀ ਸਿਨੇਮੇ ਦੀ ਗਰੋਥ 'ਚ ਬਹੁਤ ਵੱਡਾ ਕੰਟਰੀਬਿਊਸ਼ਨ ਕਰ ਰਹੇ ਹਨ। ਸੋ ਵਾਰਨਿੰਗ, ਸੋ ਆਪਾਂ ਆਪਣੇ ਕੰਮ ਕਰੀਏ, ਆਪਾਂ ਇੱਕ ਸਟੈਂਡਿੰਗ ਓਵੇਸ਼ਨ ਦੇ ਰਹੇ ਹਾਂ ਅੱਜ ਗੁਰਪ੍ਰੀਤ ਭਾਅ ਜੀ ਨੂੰ। ਕੋਸ਼ਿਸ਼ ਕਰ ਰਹੇ ਹਾਂ, ਬਹੁਤ ਨਵੇਂ ਸਿਟੀਜ਼, ਬਹੁਤ ਨਵੇਂ ਕੰਟਰੀਜ਼ ਜਿਸ ਤਰ੍ਹਾਂ ਅਸੀਂ ਕੈਰੀਅਰ ਕਰਨਾ ਸੋਚਿਆ ਸੀ, ਉਸ ਤੋਂ ਵੀ ਕੋਸ਼ਿਸ਼ ਕਰ ਰਿਹਾ ਕਿ ਹੋਰ ਡਿਫਰੈਂਟ ਕੰਟਰੀਜ਼ ਫਿਲਮ ਨੂੰ ਲੈ ਕੇ ਜਾਈਏ। ਅਤੇ ਸਾਡੀ ਸਾਰੀ ਟੀਮ ਵੱਲੋਂ ਥੈਂਕ ਯੂ ਵੰਸ ਅਗੇਨ ਤੁਹਾਡਾ। ਸੈਕਿੰਡ ਫਿਲਮ ਨੂੰ ਵਾਰਨਿੰਗ, ਬਹੁਤ ਪੈਸਾ ਵਸੂਲ ਫਿਲਮ ਹੈ ਜੀ, ਸੋ ਸਾਰੇ ਰਲ ਕੇ ਸੀਟੀਆਂ ਮਾਰਾਂਗੇ ਸੈਕਿੰਡ ਫਿਲਮ ਨੂੰ। ਥੈਂਕ ਯੂ ਸੋ ਮਚ। ਸੋ ਰਾਜ ਬਾਈ ਸਾਰਿਆਂ ਵਿੱਚ ਦੇਖਣਾ ਬਹੁਤ ਸਿਆਣੇ ਕਰੈਕਟਰ ਕਰਦੇ ਆ ਬਾਈ, ਜਿਹਨੇ ਸੁੱਜੇ ਜਿਹੇ ਕਰੈਕਟਰ ਕਰਦੇ ਫਿਲਮਾਂ ਦੇ ਵਿੱਚ, ਅਤੇ ਇਸ ਫਿਲਮ ਦੇ ਵਿੱਚ ਪੂਰਾ ਮਤਲਬ ਟੱਚ ਜਿਹੜਾ ਆ ਰਿਹਾ ਤੁਹਾਡੇ ਕੋਈ ਇੰਟੈਂਸ ਰੂਪ ਦੇ ਕੋਈ ਮੈਟਰੀਸ ਆਪਣੇ ਕਰੈਕਟਰ ਬਾਰੇ ਪਲੀਜ਼ ਥੋੜ੍ਹਾ ਦੱਸੋ ਐਂਡ ਬਹੁਤ ਕੇ ਟੀਮ ਨਾਲ ਜੁੜ ਕੇ ਤੁਹਾਨੂੰ ਕੀ ਲੱਗਦਾ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਕਲਾਸ ਖੜਾ ਕਰ ਰਹੀ ਹੈ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਬੜਾ ਐਕਸੀਡੈਂਟਲੀ ਤਰੀਕੇ ਨਾਲ ਜੁੜਿਆ ਸੀ ਇਹ ਫਿਲਮ ਨਾਲ, ਬਾਈ ਦੋਵੇਂ ਮੈਂ ਕਿਸੇ ਹੋਰ ਫਿਲਮ ਦੀ ਰਾਈਟਿੰਗ ਲਈ ਗਿਆ ਸੀ ਅਤੇ ਬਾਈ ਮੈਂ ਪਹੁੰਚਦੇ ਸਾਰ ਕਹਿੰਦੇ ਰਾਜ ਬਣਾ ਦੇ ਕੇ ਲੈ ਜਾ। ਅਤੇ ਸੱਚੀ ਕੋਈ ਵੀ ਐਕਟਰ ਵੱਡਾ ਨਹੀਂ ਹੁੰਦਾ, ਅੱਜ ਕਦੇ ਤੁਸੀਂ ਮੈਨੂੰ ਦੇਖਦੇ ਸਾਰਾ ਗਿਆ ਸੀ ਮੇਰਾ ਡੇਲਾ ਲੱਗਿਆ। ਅਤੇ ਕੋਈ ਵੀ ਐਕਟਰ ਵੱਡਾ ਨਹੀਂ ਹੁੰਦਾ ਜਦੋਂ ਤੱਕ ਉਹਦੇ ਲਈ ਲਿਖਿਆ ਅੱਛਾ ਨਾ ਹੋਵੇ। ਮੈਟਰ ਇਹ ਕਰਦਾ ਹੁੰਦਾ ਐਕਟਰ ਲਈ ਕਿ ਉਹਦੀ ਅੱਖਰ ਕੀ ਪਾਇਆ ਹੈ। ਤਾਂ ਜਿਹੜੀ ਸਕ੍ਰਿਪਟ ਸੀ ਵਾਰਨਿੰਗ ਟੂ ਦੀ, ਉਹ ਸੱਚੀ ਡੈਂਸ ਜੇ ਪੰਜਾਬੀ ਗਰਲ ਦੀ ਪੰਨ ਅੱਗੇ ਲਿਖੀ ਹੋਈ ਸੀਗੀ ਆ, ਵੀ ਇੱਕ ਸੈਕਿੰਡ ਵੀ ਕੋਈ ਕਿਤੇ ਗੋਲ ਨਹੀਂ ਹੋਊਗਾ। ਅਤੇ ਸਾਰੀ ਟੀਮ ਨੇ ਸੱਚੀ ਬਹੁਤ ਮਿਹਨਤ ਕੀਤੀ ਹੈ ਜੀ ਐਕਸ਼ਨ ਦੇ ਵਿੱਚ, ਸਪੈਸ਼ਲੀ ਜਦੋਂ ਮੇਰਾ ਤੇ ਬਾਈ ਦਾ ਐਕਸ਼ਨ ਜ਼ਿਆਦਾ ਸੀਗਾ, ਫਾਈਟ ਸੀਗੀ ਉਸ ਦੇ ਵਿੱਚ, ਤਾਂ ਉਹ ਥੋੜ੍ਹਾ ਜਿਹਾ ਮੇਰੇ ਲਈ ਨਰਵਸਨੈਸ ਸੀਗੀ ਮੇਰੇ 'ਚ, ਕਿਉਂਕਿ ਜਦੋਂ ਤੁਹਾਡੇ ਸਾਹਮਣੇ ਵੱਡਾ ਸਟਾਰ ਹੁੰਦਾ ਵੀ ਉਹਦੇ ਨਾਲ ਫਾਈਟ ਕਰਨੀ ਜਿਹੜੀ ਥੋੜ੍ਹੀ ਉਹ 'ਚ ਡਰ ਲੱਗਦਾ ਵੀ ਟੱਚ ਨਾ ਹੋਵੇ। ਪਰ ਬਾਈ ਸੱਚੀ ਇੰਨਾ ਕੰਫਰਟੇਬਲ ਕਰਤਾ ਮੈਨੂੰ ਵੀ ਬਾਈ ਕਹਿੰਦੇ ਕੋਈ ਚੱਕਰ ਵੀ ਤੂੰ ਨੇੜੇ ਦੀ ਮੌਕਾ ਜਾਂਦੇ ਆ ਰਾਜ, ਮੈਂ ਕਿਹਾ ਮੈਂ ਆਪੇ ਸਾਂਭ ਲਊਂਗਾ ਜੇ ਪਲੇਸਮੈਂਟ ਹਿਲੂਗੀ। ਤਾਂ ਉਹ ਫਾਈਟ ਸੀਕੁਐਂਸ ਸੀ ਜਿਹੜੇ ਬਹੁਤ ਬਿਊਟੀਫੁਲੀ ਸ਼ੁਰੂ ਹੋਇਆ, ਸਾਰੀ ਫਿਲਮ ਦਾ ਐਕਸ਼ਨ ਬਹੁਤ ਵੱਡਾ ਸ਼ੁਰੂ ਹੋਇਆ। ਅਤੇ ਮੈਂ ਸੱਚੀ ਬਹੁਤ ਓਨਰ ਫੀਲ ਕਰਦਾ ਵਾਰਨਿੰਗ ਟੂ ਦਾ ਪਾਰਟ ਉੱਤੇ। ਵਨ ਦੇ ਵਿੱਚ ਮੈਨੂੰ ਬਾਈ ਯਾਰ ਕਹਿੰਦੇ ਮੈਂ ਨਾ ਸ਼ਿੰਦੇ ਵਾਲੀ ਡੇਟ ਲਈ ਕਾਸਟ ਕੀਤਾ ਸੀ, ਉਦੋਂ ਮੇਰੀ ਹੋਰ ਫਿਲਮ ਚੱਲਦੀ ਪਈ ਸੀਗੀ ਅਤੇ ਉਦੋਂ ਡੇਟਸ ਕਲੈਸ਼ ਹੋ ਗਈਆਂ ਸੀਗੀਆਂ। ਅਤੇ ਪਰ ਮੇਰੇ ਮਨ 'ਚ ਸੀਗਾ ਵੀ ਵਾਰਨਿੰਗ 'ਚ ਮੈਨੂੰ ਆਉਣਾ ਚਾਹੀਦਾ ਜਦੋਂ ਵਾਰਨਿੰਗ ਦੇਖੀ ਥੀਏਟਰ 'ਚ ਆਈ। ਥੈਂਕ ਯੂ ਬਾਈ ਮੈਨੂੰ ਇਹ 'ਚ ਸ਼ਾਮਿਲ ਕਰਨ ਲਈ। ਥੈਂਕ ਯੂ ਸੋ ਮਚ। ਥੈਂਕ ਯੂ ਸੋ ਮਚ। ਯੈਸ, ਸੋ ਨੈਕਸਟ ਕੁਐਸਚਨ ਟੂ ਪੰਜਾਬੀ। ਸੋ ਬਾਈ ਜੀ ਕੋਈ ਲੁਕਰੀ ਹੋ ਤਾਂ ਤਾਲੀਆਂ ਮਾਰੋ ਪਲੀਜ਼। ਮੈਂ ਬਾਈ ਫਿਲਮ ਨੂੰ ਪੂਰਾ ਫੀਲ ਕਰ ਰਹੇ ਤੇ ਉੱਤੇ ਬਣ ਕੇ ਆਏ। ਸੋ ਬਾਈ ਪਲੀਜ਼। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹੰਬਲ ਮੋਸ਼ਨ ਪਿਕਚਰ ਵੱਲੋਂ ਕੀ ਆਇਆਂ ਤੁਹਾਨੂੰ ਸਾਰਿਆਂ ਤੋਂ, ਮੈਂ ਜਿੰਨੇ ਵੀ ਆਪਸ ਨੇ ਸਾਰੇ ਮੇਰੇ ਪੜ੍ਹਾਈ ਨੇ, ਇਹਨਾਂ ਤੋਂ ਮੈਂ ਤਹਿ ਦਿਲੋਂ ਸ਼ੁਕਰੀਆ ਅਦਾ ਕਰਨਾ। ਇਹਨਾਂ ਨੇ ਬਹੁਤ ਹੀ ਕੋਆਪਰੇਟ ਕੀਤਾ ਜਦੋਂ ਅਸੀਂ ਫਿਲਮ ਬਣਾਈ ਸੀ। ਬਾਕੀ ਤੁਸੀਂ ਦੋ ਵਾਰ ਵੀ ਜਾ ਕੇ ਦੇਖਿਓ। ਥੈਂਕ ਯੂ। ਥੈਂਕ ਯੂ ਸੋ ਮਚ ਬਾਈ ਜੀ। ਬਸ ਠੀਕ ਹੈ। ਕਿਆ ਬੋਲੀ ਮੇਰੇ ਸਿਟੀ ਸਰਕਾਰੀ ਸਿਟੀ ਦੀ ਸਿਟੀਆਂ ਮਾਰ ਦਿਓ ਪਲੀਜ਼। ਹਾਂਜੀ ਪਲੀਜ਼। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸੋ ਮੈਂ ਜ਼ਿਆਦਾ ਸਮਾਂ ਨਹੀਂ ਲਊਂਗਾ। ਸਭ ਤੋਂ ਪਹਿਲਾਂ ਤਾਂ ਮੈਂ ਥੈਂਕ ਯੂ ਕਰਨਾ ਗਿੱਪੀ ਬਾਈ ਉਹਨਾਂ ਦਾ ਕਿ
ਕਿ ਮੇਰੀ ਕਲਾ 'ਤੇ ਇੰਨਾ ਮਾਣ ਕਰਦੇ ਹੈ, ਟਰੱਸਟ ਕਰਦੇ ਹੈ। ਜਿੰਨੇ ਵੀ ਮੈਂ ਡਿਫਰੈਂਟ ਜਾਂ ਮੇਰੇ ਮੈਂ ਕਹਿੰਦਾ ਵੀ ਮੇਰੇ ਬੈਸਟ ਕਰੈਕਟਰ ਨੇ ਉਹ ਸਾਰੇ ਗਿੱਪੀ ਬਾਈ ਉਹਨਾਂ ਨਾਲ ਆਏ ਨੇ, ਚਾਹੇ ਉਹ ਮਾਂ ਫਿਲਮ ਸੀ, ਚਾਹੇ ਸ਼ਾਵਣੀ ਘਧਾਰੀ ਲਾ ਸੀ, ਚਾਹੇ ਕ੍ਰਿਮੀਨਲ ਸੀ, ਚਾਹੇ ਜ਼ਿਲ੍ਹਾ ਸੰਗਰੂਰ ਸੀ, ਅਤੇ ਹੁਣ ਵਾਰ ਨਹੀਂ। ਅਤੇ ਸੀ ਟੀ ਏ ਜਿਹੜਾ ਬਹੁਤ ਅਤਰੰਗੀ ਹੈ ਕਰੈਕਟਰ ਆ, ਜਿਹੜੇ ਮੇਰੇ ਕੋ ਸਟਾਰ ਨੇ ਐਕਟਰ ਨੇ ਜਿਹਨਾਂ ਨਾਲ ਮੈਂ ਕੰਮ ਕੀਤਾ, ਸਕਰੀਨ ਸਾਂਝੀ ਕੀਤੀ, ਉਹਨਾਂ ਨਾਲ ਤਾਂ ਹੈਗੀ ਹੈ, ਪਰ ਮੈਂ ਅਨਫੋਰਚੁਨੇਟਲੀ ਵੀ ਮੈਂ ਸਾਰਿਆਂ ਨਾਲ ਹੀ ਕੰਮ ਕਰ ਚੁੱਕਿਆ ਇਸ ਫਿਲਮ 'ਚ, ਕਿਉਂਕਿ ਮੈਂ ਸੂਤਰਧਾਰ ਹਾਂ ਇੱਕ ਤਰੀਕੇ ਨਾਲ ਫਿਲਮ ਦਾ। ਮੈਂ ਕਹਾਣੀ ਸੁਣਾਉਣਾ, ਮੈਨੂੰ ਗੇਜੇ ਬਾਰੇ ਪਤਾ, ਮੈਨੂੰ ਰਣਜੀਤ ਜੀ ਬਾਰੇ ਪਤਾ, ਮੈਨੂੰ ਗੇਲਾ ਗੈਂਗ ਸਾਰਿਆਂ ਬਾਰੇ ਪਤਾ। ਸੋ ਕੋਸ਼ਿਸ਼ ਕੀਤੀ ਹੈ ਹਮੇਸ਼ਾ ਇੱਧਰ ਆਪਣੇ ਵੱਲੋਂ ਵਧੀਆ ਕੰਮ ਕਰਦੇ, ਔਰ ਅਮਰ ਬਾਈ ਉਹਨਾਂ ਨੇ ਬਹੁਤ ਸੋਹਣਾ ਕੰਮ ਕਰਵਾਇਆ, ਖੁੱਲ੍ਹਾ ਛੱਡਿਆ। ਬਲਜੀਤ ਭਾਜੀ ਉਹਨਾਂ ਨੇ ਇੰਨਾ ਮੈਂ ਹੈ ਨਹੀਂ, ਮੇਰਾ ਐਡਾ ਕੱਦ ਵੀ ਨਹੀਂ ਹੈਗਾ, ਪਰ ਬਹੁਤ ਵੱਡਾ ਕੰਮ ਦਿੱਤਾ ਆਸ਼ੀਰਵਾਦ ਕਰਕੇ, ਥੈਂਕ ਯੂ ਭਾਅ ਜੀ। ਰਾਹੁਲ ਭਾਅ ਜੀ ਅਤੇ ਪੰਮੇ ਬਾਈ ਨਾਲ ਸੀ ਟੀ ਦੀ ਜਿਹੜੀ ਜੁਗਲਬੰਦੀ ਆ ਉਹ ਤੁਸੀਂ ਦੇਖੋਗੇ ਬਾਈ ਟੈਗਲਾਂ ਦੇ ਵਿੱਚ ਦੱਸੀ ਜਾਂਦੇ ਨੇ। ਸੋ ਬਹੁਤ ਵਧੀਆ ਲੱਗਿਆ ਸਾਰਿਆਂ ਨਾਲ ਕੰਮ ਕਰਕੇ, ਥੈਂਕ ਯੂ ਸੋ ਮਚ ਬਾਈ, ਤੁਸੀਂ ਹਮੇਸ਼ਾ ਮਾਣ ਕਰਦੇ ਹੋ, ਵਧੀਆ ਕਰੈਕਟਰ ਡਿਫਰੈਂਟ ਦਿੰਦੇ ਹੋ, ਲਵ ਯੂ ਤੁਹਾਨੂੰ ਬਹੁਤ ਬਹੁਤ, ਅਤੇ ਥੈਂਕ ਯੂ ਤੁਹਾਡਾ ਸਾਰਿਆਂ ਦਾ ਅਤੇ ਮੇਰੀ ਸਾਰੀ ਘਰ ਦਾ, ਧੰਨਵਾਦ, ਥੈਂਕ ਯੂ। ਤੁਸੀਂ ਸਾਰਿਆਂ ਨੇ ਪਸੰਦ ਕੀਤਾ ਛਿੰਦਾ, ਤੇ ਹੁਣ ਬਾਈ ਲੈ ਕੇ ਰਹੇ ਨੇ ਪਿੱਪਾ। ਸੋ ਬਾਈ ਮੈਨੂੰ ਕੁਸ਼ਚਨ ਇਹ ਹੈ ਕਿ ਛਿੰਦੇ ਨੂੰ ਇੰਨਾ ਪਿਆਰ ਮਿਲ ਗਿਆ ਸੀ ਲੋਕਾਂ ਵੱਲੋਂ ਹੀ, ਅਤੇ ਛਿੰਦੇ ਨੂੰ ਜਦੋਂ ਮਰਿਆ ਉਸ ਤੋਂ ਬਾਅਦ ਸੈਕਿੰਡ ਫਿਲਮ ਦੇ ਵਿੱਚ ਪਿੱਪਾ ਜਿੰਦਾ ਹੋਏ, ਰਿਸਪੋਂਸੀਬਿਲਿਟੀਜ਼ ਕਿੰਨੀਆਂ ਸੀ, ਤੁਹਾਨੂੰ ਕਿਵੇਂ ਇਸ ਕਰੈਕਟਰ ਲਈ ਪ੍ਰਪੇਅਰ ਕੀਤਾ? ਪਹਿਲਾਂ ਸਾਰਿਆਂ ਦਾ ਥੈਂਕ ਯੂ। ਵਾਰਨਿੰਗ ਸ਼ਾਇਦ ਬਹੁਤ ਲੋਕਾਂ ਵਾਸਤੇ ਫਿਲਮ ਹੋਊਗੀ, ਪਰ ਨਹੀਂ ਵਾਰਨਿੰਗ ਬਹੁਤ ਲੋਕਾਂ ਵਾਸਤੇ ਫਿਲਮ ਹੋਊਗੀ, ਪਰ ਮੇਰੇ ਵਾਸਤੇ ਇਮੋਸ਼ਨਸ ਹੈਗੇ ਆ, ਇੱਕ ਯੂਨੀਵਰਸ ਆ। ਮੈਨੂੰ ਇਹ ਲੱਗਦਾ ਕਿ ਮੈਂ ਲੱਗਦਾ ਹੀ ਨਹੀਂ ਹੁੰਦਾ ਮੈਨੂੰ ਕਿ ਛਿੰਦਾ ਹੈ ਨਹੀਂ ਜਾਂ ਕੀਪਾ ਹੈ ਨਹੀਂ ਜਾਂ ਪੰਮਾ ਹੈ ਨਹੀਂ। ਬਾਕੀ ਗਿੱਪੀ ਵੀਰੇ ਦਾ ਬਲੀਵ ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਉਹ ਸਾਡੇ 'ਚ ਬਲੀਵ ਕਰਦੇ ਨੇ। ਮੈਂ ਕਿਸੇ ਹੋਰ ਕੰਮ ਲਈ ਗਿੱਪੀ ਵੀਰੇ ਕੋਲ ਗਿਆ ਸੀ, ਮੇਰੀ ਫਿਲਮ ਆਉਣੀ ਸੀ ਅਮਾਨਤ ਅਤੇ ਉਹਦਾ ਪੋਸਟਰ ਪਵਾਉਣਾ ਸੀ, ਅਤੇ ਵੀਰਾ ਮੇਰੇ ਸਾਹਮਣੇ ਬੈਠੀ ਸੀ। ਵੀਰਾ ਕਹਿੰਦੇ ਯਾਰ ਇੱਕ ਕਰੈਕਟਰ ਰਹਿ ਗਿਆ ਛਿੰਦਾ, ਅਤੇ ਤੂੰ ਸੁਣੇਗਾ ਸਟੋਰੀ? ਜਦੋਂ ਮੈਂ ਸਟੋਰੀ ਸੁਣੀ ਤਾਂ ਉਹ ਇੱਕ ਐਡ ਆਉਂਦੀ ਹੁੰਦੀ ਹੈ ਨਾ, ਮਦਮੇ ਪੈਦਾ ਲੱਡੂ, ਮੈਂ ਹਮੇਸ਼ਾ ਸੋਚਦਾ ਹੁੰਦਾ ਸੀ ਕਿ ਜਦੋਂ ਨਿੱਕਾ ਹੁੰਦਾ ਵੀ ਮੈਂ ਖੇਡਦਾ ਹੁੰਦਾ ਸੀ ਅਤੇ ਚੋਰ ਛਪਾਈ ਖੇਡਦੇ ਹੁੰਦੇ ਸੀ, ਤਾਂ ਮੈਂ ਹਮੇਸ਼ਾ ਚੋਰ ਬਣਦਾ ਹੁੰਦਾ ਸੀ, ਤਾਂ ਮੈਨੂੰ ਇਹ ਹੁੰਦਾ ਸੀ ਵੀ ਕਦੇ ਹੀਰੋਇਜ਼ਮ ਜਾਂ ਐਕਸ਼ਨ ਵੀ ਕਦੇ ਇੰਡਸਟਰੀ ਬਲੀਵ ਕਰੂਗੀ, ਪਰ ਇੰਡਸਟਰੀ ਨੇ ਹਮੇਸ਼ਾ ਸੋਫਟ ਕਰੈਕਟਰ ਦਿੱਤੇ ਮੈਨੂੰ, ਜਿੰਨੇ ਵੀ ਮੇਰੇ ਕਰੈਕਟਰ ਸੀ ਬਹੁਤ ਕੰਫਰਟ ਜ਼ੋਨ 'ਚ ਚੱਲਦੀ ਹੈ ਇੰਡਸਟਰੀ ਕਿ ਇੱਦਾਂ ਦਾ ਐਕਟਰ ਹੈਗਾ ਬਸ ਲੈ ਲਓ। ਅਤੇ ਗਿੱਪੀ ਵੀਰੇ ਨੇ, ਅਮਰ ਵੀਰੇ ਨੇ ਮਿਹਨਤ ਕੀਤੀ ਅਤੇ ਤੁਹਾਡੇ ਸਾਹਮਣੇ ਛਿੰਦਾ ਆਇਆ, ਤਾਂ ਵੀਰੇ ਨੂੰ ਬਹੁਤ ਜਣਿਆਂ ਨੇ ਕਿਹਾ ਸੀ ਕਿ ਤੁਹਾਡੀ ਰੋਂਗ ਕਾਸਟਿੰਗ ਆ ਵੀ ਧੀਰੇ 'ਚ ਬਹੁਤ ਸੋਫਟ ਕਰਦਾ, ਤਾਂ ਗਿੱਪੀ ਵੀਰੇ ਨੇ ਕਿਹਾ ਸੀ ਕਿ ਇਹ ਮੇਰੀ ਸਭ ਤੋਂ ਰਾਈਟ ਕਾਸਟਿੰਗ ਹੈ। ਅਤੇ ਛਿੰਦਾ ਜਦੋਂ ਛਿੰਦੇ ਕਰੈਕਟਰ ਦਾ ਐਂਡ ਹੋਇਆ ਸੀ ਤਾਂ ਮੈਨੂੰ ਉਦੋਂ ਹੀ ਲੱਗ ਗਿਆ ਸੀ ਕਿ ਮੈਂ ਦੁਬਾਰਾ ਕਦੇ ਵੀ ਸ਼ਾਇਦ ਛਿੰਦਾ ਪਰਫੋਰਮ ਨਹੀਂ ਕਰ ਪਾਉਂਦਾ। ਉਹ ਇੱਕ ਵਕਤ ਹੈਗਾ ਸੀ, ਇੱਕ ਸਮਾਂ ਹੈਗਾ ਸੀ ਕਿ ਉਹ ਛਿੰਦਾ ਉਸ ਸਮੇਂ 'ਚ ਹੀ ਹੋ ਸਕਦਾ ਸੀ, ਉਸ ਸਮੇਂ ਤੋਂ ਪਹਿਲਾਂ ਅਤੇ ਉਸ ਸਮੇਂ ਤੋਂ ਬਾਅਦ ਕਦੇ ਨਹੀਂ ਹੋ ਸਕਦਾ ਸੀ। ਫਿਰ ਵੀਰੇ ਨੇ ਕਿਹਾ ਕਿ ਕੀਪਾ ਕਰੈਕਟਰ ਕਰਨਾ ਹੈ, ਉਹਦੀ ਲੁੱਕ ਫਿਰ ਵੀਰੇ ਨੇ ਜਦੋਂ ਡਿਜ਼ਾਇਨ ਕੀਤੀ, ਤਾਂ ਮੇਰੇ ਲਈ ਚੈਲੰਜ ਹੈਗਾ ਸੀ ਕਿ ਜਦੋਂ ਛਿੰਦਾ ਤੁਰਦਾ ਸੀ ਤਾਂ ਤੁਸੀਂ ਧਿਆਨ ਨਾਲ ਦੇਖਿਓ ਉਹਦਾ ਰਾਈਟ ਜਿਹੜਾ ਹੱਥ ਆ ਉਹ ਅੱਗੇ ਨੂੰ ਜਾਂਦਾ ਸੀ ਅਤੇ ਲੈਫਟ ਹੈਂਡ ਉਹ ਥੋੜ੍ਹਾ ਜਿਹਾ ਪਿੱਛੇ ਰੱਖਦਾ ਸੀ, ਮੈਂ ਉਹਦੀ ਇੱਕ ਚਾਲ ਬਣਾਈ ਸੀ। ਅਤੇ ਸਭ ਤੋਂ ਪਹਿਲਾਂ ਮੈਂ ਕੀਪੇ ਦੀ ਚਾਲ ਬਣਾਈ ਸੀ, ਉਹ ਆਪਦੇ ਦੋਨੋਂ ਹੱਥ ਜਦੋਂ ਚੱਲਦਾ ਥੋੜ੍ਹਾ ਜਿਹਾ ਅੱਗੇ ਨੂੰ ਰੱਖਦਾ, ਤਾਂ ਉਹ ਮੇਰੇ ਲਈ ਚੈਲੰਜ ਹੈਗਾ ਸੀ ਕਿ ਉਹਦਾ ਇੰਨਰ ਮਾਰਨਾ ਜਿਹੜਾ ਛਿੰਦਾ ਬਹੁਤ ਅਗਰੈਸਿਵ ਆ, ਜਿਹੜਾ ਕੀਪਾ ਹੈ ਬਹੁਤ ਸੋਫਟ ਆ, ਅਤੇ ਮੇਰੇ ਲਈ ਚੈਲੰਜ ਸੀ। ਬਟ ਕੀਪੇ ਵੀਰੇ ਦਾ ਬਲੀਵ ਸੀ, ਅਮਰ ਵੀਰੇ ਦਾ ਬਲੀਵ ਸੀ,
ਪ੍ਰਿੰਸੀਪਲ ਦਾ ਬਲੀਫ ਸੀ ਕਿ ਉਹਨਾਂ ਨੇ ਕੀਪਾ ਲਿਖਿਆ ਅਤੇ ਤੁਹਾਡੇ ਸਾਰਿਆਂ ਦੇ ਸਾਹਮਣੇ 2 ਤਰੀਕ ਨੂੰ ਕੀਪੇ ਹੋਏ ਆ ਰਹੇ ਹਨ। ਸੋ ਸਾਰਿਆਂ ਨੇ ਤਿਆਰ ਕਰੋ। ਥੈਂਕ ਯੂ। ਸੋ ਨੈਕਸਟ ਕੁਐਸਚਨ ਟੂ ਜਗੀਰ ਹੈ। ਸੋ ਜਗੀਰ ਨੇ ਤੁਹਾਡੇ ਕਰੈਕਟਰ ਨੂੰ ਫਰਾਰ 'ਚ ਲੋਕਾਂ ਨੇ ਬਹੁਤ ਪਸੰਦ ਕੀਤਾ ਸੀ ਐਂਡ ਇਸ ਤੋਂ ਬਾਅਦ ਆਊਟ ਤੋਂ ਵੀ ਕੀਤੀ ਤੁਸੀਂ ਬਾਈ ਨਾਲ, ਅਤੇ ਮਤਲਬ ਤੁਹਾਡੇ ਆਪਣੇ ਕਰੈਕਟਰਸ ਬਾਰੇ ਜੋ ਤੁਹਾਡੇ ਐਕਸਪੈਰੀਮੈਂਟ ਰਹਿੰਦੇ ਨੇ ਐਂਡ ਇਸ ਮੂਵੀ ਦੇ ਤੁਹਾਡਾ ਕਰੈਕਟਰ ਜਿਹੜਾ ਉਹ ਕਿਵੇਂ ਬਣਿਆ ਸੀ? ਮੁੱਖ ਦੀ ਗੱਲ ਇਹ ਹੈ ਮੈਨੂੰ ਚਾਹੀਦਾ ਟੀਚਾ ਜੀ। ਸੋ ਥੈਂਕ ਯੂ ਸਾਰਿਆਂ ਦਾ। ਸਭ ਤੋਂ ਪਹਿਲਾਂ ਥੈਂਕ ਯੂ ਬੀਬੀ ਬਾਈ ਦਾ, ਇਹਨਾਂ ਨੇ ਬੇਸਿਕਲੀ ਮੈਨੂੰ ਫਿਲਮਾਂ ਦੇ ਵਿੱਚ ਜਨਮ ਦਿੱਤਾ, ਅਤੇ ਅਜੀਤ ਸਿੰਘ ਦੇ ਉਹਨਾਂ ਨਾਲ ਵੀ ਪਹਿਲੀ ਫਿਲਮ ਕੀਤੀ, ਰਾਹੁਲ ਸਰ ਨਾਲ ਪਹਿਲੀ ਫਿਲਮ ਕੀਤੀ ਸੀ ਮਿਰਜ਼ਾ, ਅਤੇ ਉਹ ਤੋਂ ਬਾਅਦ 'ਚ ਉਹ ਫਰਾਰ ਦੇ ਵਿੱਚ ਬਾਈ ਨੇ ਡਾਇਲੋਗ ਲਿਖੇ ਸੀਗੇ ਮੇਰੇ, ਘੈਂਟ ਘੈਂਟ ਡਾਇਲੋਗ ਸੀਗੇ। ਸੋ ਸਾਰਿਆਂ ਨੇ ਅਪਰੀਸ਼ੀਏਟ ਕੀਤਾ। ਫਿਰ ਥੋੜ੍ਹਾ ਜਿਹਾ ਗੈਪ ਪੈ ਗਿਆ ਸੀਗਾ, ਕੋਵਿਡ ਹੋ ਗਈ, ਵਿਆਹ ਹੋ ਗਿਆ, ਜਵਾਕ ਆ ਗਏ, ਫਿਰ ਗਿਰਨ ਵਾਲਾ ਥੋੜ੍ਹਾ ਜਿਹਾ ਕੰਮ ਘਟਾਉਣਾ ਪਿਆ। ਸੋ ਪਰਿਵਾਰਕ ਚੀਜ਼ਾਂ ਹੀ ਕਰਨ ਲੱਗ ਗਿਆ ਸੀ। ਫਿਰ ਕਹਿੰਦਾ ਵੀ ਨਹੀਂ ਯਾਰ, ਪਰਿਵਾਰਕ ਚੀਜ਼ਾਂ 'ਚ ਨਹੀਂ ਲੱਗਦੀਆਂ, ਹੈਨਾ, ਤੂੰ ਥੋੜ੍ਹਾ ਗੋਲਾ ਕਰ ਲਈ ਕਹਿੰਦਾ ਬੰਦਾ, ਮੈਂ ਤੂੰ ਉੱਧਰ ਆ ਜਾ। ਸੋ ਜਦੋਂ ਪਹਿਲੀ ਵਾਰਨਿੰਗ ਦੇਖੀ ਮੈਂ, ਓਨੈਸਟਲੀ ਇਸ ਮੇਰੀ ਫੇਵਰੇਟ ਫਿਲਮ ਆ ਪੰਜਾਬੀ ਦੇ ਵਿੱਚ, ਬਿਕਾਜ਼ ਮੈਂ ਜਦੋਂ ਦਾ ਸਿਨੇਮਾ ਲਾਈਕ ਕਰਦਾ ਐਂਡ ਜਦੋਂ ਮੈਂ ਦੇਖੀ ਮੈਂ ਬੜਾ ਜੈਲਸ ਫੀਲ ਕੀਤਾ। ਮੈਂ ਕਿਹਾ ਯਾਰ ਆਹ ਫਿਲਮ 'ਚ ਕਿਉਂ ਨਹੀਂ ਸੀਗਾ ਮੈਂ, ਅਤੇ ਪਰ ਹੁਣ ਯੂ ਨੋ ਲੱਕਲੀ ਵਾਰਨਿੰਗ 2 ਦੇ ਵਿੱਚ ਹੈਗਾ ਐਂਡ ਪੂਰੀ ਕਾਸਟ ਨੇ ਇੰਨੀ ਮਿਹਨਤ ਕੀਤੀ ਹੈ। ਹੰਬਲ ਮੋਸ਼ਨ ਪਿਕਚਰਸ ਆਲਵੇਸ ਯੂ ਨੋ ਡੂਇੰਗ ਦ ਰਾਈਟ ਫਿਲਮਸ, ਅਤੇ ਮੈਂ ਤਾਂ ਉੱਧਰ ਵੀ ਇੰਟਰਵਿਊ 'ਚ ਕਹਿ ਕੇ ਹਟਿਆ ਸੀਗਾ ਵੀ ਆਪਣੀ ਇੰਡਸਟਰੀ ਇੰਨੀ ਛੋਟੀ ਹੈ ਅਤੇ ਇੰਨੀ ਕਾਮਯਾਬ ਹੋ ਸਕਦੀ ਹੈ ਜੇ ਰੈਕ ਪ੍ਰੋਡਕਸ਼ਨ ਹਾਊਸ ਦੇ ਵਿੱਚ ਇੱਕ ਕੀਪੀ ਕਰਾ ਲਓਗੇ। ਸੋ ਓਨੈਸਟਲੀ ਸਲੂਟ ਟੂ ਯੂ ਬ੍ਰਦਰ, ਯੂ ਨੋ ਯੂ ਆਲਵੇਸ ਡੂ ਦ ਰਾਈਟ ਥਿੰਗ, ਵਧੀਆ ਕੰਮ ਕਰਦੇ ਹਾਂ, ਅਤੇ ਹੁਣ 2 ਫਰਵਰੀ ਨੂੰ ਮਿਲਦੇ ਹਾਂ। ਥੈਂਕ ਯੂ ਸਰ ਜੀ। ਥੈਂਕ ਯੂ ਸੋ ਮਚ। ਹਾਂਜੀ ਭਾਈ ਡਾਇਲੋਗ ਜੇ ਤੁਸੀਂ ਗੇਂਜੇ ਦੀ ਬੋਲ ਜਾਓ ਤਾਂ ਪ੍ਰੋਮੋ ਹੈ। ਆਉਣ ਡੇ ਰਹੀਆਂ ਜਾਣ ਡੇ ਰਹੀਆਂ, ਗੇਜੇ ਆ ਅੱਖੀਆਂ ਡੀਕਦੀਆਂ ਤੈਨੂੰ ਮੇਰੀਆਂ, ਯਾਰ ਨਾਲ ਤਾਂ ਹੀ ਗੇਜੇ ਦੇ ਕਰਿਆ ਜੈਨ ਕਰਾਈਏ। ਓਕੇ ਗੱਲ। ਸੋ ਨੈਕਸਟ ਵੀ ਹੈ ਜੱਸੀ ਲੋਕੋ ਬੜੀ ਭਾਈ ਗੈਸ ਜਿੰਦਰ ਸਿੰਘ ਬੜੀ ਭਾਈ ਜੀ, ਸੋੜਦਾ ਤਾੜੀਆਂ ਪਲੀਜ਼। ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ। ਮੈਂ ਪੰਮੇ ਬਾਈ ਤਾਂ ਸੀਟੀ ਵਜਾਈ ਹੈ, ਇਹਨਾਂ ਦੀ ਭੁੱਖ ਮੈਂ ਵੀ ਮਾਰੀ ਹੈ ਸੀਟੀ। ਬਾਕੀ ਸਾਰੀਆਂ ਚੀਜ਼ਾਂ ਠੀਕ ਸੀ, ਮੇਰੇ ਨਾ ਥੋੜ੍ਹੀ ਮੇਰੀ ਲੱਤ ਪ੍ਰੋਬਲਮ ਸੀ, ਕਿਉਂਕਿ ਇੱਕ ਤਾਂ ਅਸੀਂ ਸ਼ੁਰੂ ਸ਼ੁਰੂ ਦੇ ਵਿੱਚ ਜਦੋਂ ਪਲੇ ਕੀਤਾ ਸੀ ਤਾਂ ਮੈਂ ਸੱਜੀ ਲੱਤ ਖਰਾਬ ਕਰ ਬੈਠਿਆ ਆਪਣੀ, ਅਤੇ ਮੈਨੂੰ ਸਾਰਾ ਭਾਰ ਖੱਬੀ ਦੇ ਪਾਣੀ ਤੁਰਨਾ ਪੈਂਦਾ ਸੀ, ਅਤੇ ਉਹ ਮੈਂ ਉਵੇਂ ਹੀ ਚੱਲੀ ਗਿਆ ਉਵੇਂ ਹੀ ਚੱਲੀ ਗਿਆ, ਅਤੇ ਉਹ ਐਕਸ਼ਨ ਇਹ ਉਹ ਕਈ ਚੀਜ਼ਾਂ ਐਕਸ਼ਨ ਦੀਆਂ ਫਸ ਜਾਂਦੀਆਂ ਸੀ, ਕਿਉਂਕਿ ਉਹ ਪਲੇ ਕਰਦੇ ਜਿਵੇਂ ਇੱਥੇ ਲੱਤ ਨਾਲ ਐਂ ਕਰਕੇ ਐਂ ਕਰਦੀ ਜੇ ਲੱਤ ਨਹੀਂ ਚੱਲਦੀ, ਉਹ ਫਿਰ ਚੀਜ਼ ਤੋੜਨੀ ਮੁੱਕਦੀ ਪੈਂਦੀ ਸੀ, ਉਹਨੂੰ ਮੈਨੇਜ ਕਰਨਾ ਪੈਂਦਾ ਕਿ ਜਿੱਥੇ ਲੱਤ ਨਹੀਂ ਯੂਜ਼ ਕਰਨੀ ਉਹਨੂੰ ਸਪੋਰਟ ਚਾਹੀਦੀ ਸੀ ਕਿ ਲੋਕਾਂ ਨੂੰ ਐਂ ਲੱਗੇ ਇਹਨੇ ਲੱਤ ਯੂਜ਼ ਕਰ ਲਈ। ਸੋ ਉਸ ਚੀਜ਼ ਦੀ ਸਾਨੂੰ ਪ੍ਰੋਬਲਮ ਹੋਈ, ਅਤੇ ਬਾਕੀ ਤਾਂ ਕੋਈ ਚੀਜ਼ ਨਹੀਂ। ਬਾਕੀ ਤਾਂ ਮੈਨੂੰ ਲੱਗਦਾ ਕਿ ਕਰੈਕਟਰ ਮੈਨੂੰ ਸ਼ੁਰੂ 'ਚ ਕਿਉਂਕਿ ਮੈਂ ਲਿਖੇ ਯਾਦ ਕਰਕੇ ਮੈਨੂੰ ਦਿਮਾਗ 'ਚ ਬੈਠ ਗਿਆ ਸੀ ਉਹ ਕਰੈਕਟਰ, ਔਰ ਪ੍ਰਿੰਸ ਦਾ ਵੀ ਜਦੋਂ ਮੈਨੂੰ ਲੱਗਦਾ ਪ੍ਰਿੰਸ ਨੂੰ ਜਦੋਂ ਮੰਮਾ ਕਰਨਾ ਪੈਂਦਾ ਅੱਜ ਦੀ ਡੇਟ 'ਚ, ਇਹਨੂੰ ਬਹੁਤ ਜ਼ਿਆਦਾ ਐਫਰਟ ਨਹੀਂ ਕਰਨੀ ਪੈਂਦੀ, ਕਿਉਂਕਿ ਅਸੀਂ ਇਸ ਫਿਲਮ ਉੱਤੇ ਇੰਨਾ ਕੰਮ ਕਰ ਲਿਆ, ਡਿਟੇਲਿੰਗ ਕਰ ਲਈ,
ਇਹਨੂੰ ਤਾਂ ਹੁਣ ਜਦੋਂ ਦੂਜਾ ਕਰੈਕਟਰ ਕਰਾਉਂਦੇ ਨੇ ਉਹਨਾਂ ਨੂੰ ਅਰਦਾਸ 'ਚ ਕਰੈਕਟਰ ਕਰਾਇਆ ਪੰਜ ਸੱਤ ਵਾਰੀ ਨੜਾ ਕੇ ਕਢਾਇਆ ਜਿੱਥੋਂ ਵੀ ਭੁੱਲ ਜਾ ਬੰਦੇ ਨੇ ਭੁੱਲ ਜਾ ਪਹਿਲੇ ਦਿਨ ਤਾਂ ਉਵੇਂ ਹੀ ਆ ਕੇ ਕਹਿਣਾ ਹਾਂ ਉਹ ਮੈਂ ਕਿਹਾ ਅਰਦਾਸ ਚੈਕ ਕਰਾਉਣਾ ਵੀ ਐਂ ਨਹੀਂ ਬਾਈ ਇਹ ਫਿਰ ਸੈੱਟ ਕੀਤਾ ਨਾ ਬੰਬਾ ਕੱਢਿਆ ਉਹਦੇ 'ਚੋਂ ਬੈਠ ਕੇ ਪਰ ਹਾਂ ਘੁੱਗੀ ਭਾਈ ਆ ਗਿਆ ਘੁੱਗੀ ਭਾਈ ਘੁੱਗੀ ਭਾਈ ਨੇ ਕਿਹਾ ਸੀ ਅਰਦਾਸ ਸਰਬੰਧ ਭਲਾ ਸ਼ੁਰੂ ਕਰ ਲਈ ਘੁੱਗੀ ਭਾਈ ਨੇ ਇਹਨੇ ਕੋਈ ਉਹਨਾਂ ਨੂੰ ਗੱਲ ਕਹੀ ਘੁੱਗੀ ਭਾਈ ਜਾਂਦੀ ਕਹਿੰਦੇ ਮੈਂ ਤਾਂ ਕੋਈ ਵਾਰਨਿੰਗ ਨਹੀਂ ਵਾਰਨਿੰਗ ਤਾਂ ਇਹ ਦਿੰਦਾ ਪੰਮਾ ਮੈਂ ਤਾਂ ਕੋਈ ਵਾਰਨਿੰਗ ਨਹੀਂ ਮੈਂ ਤਾਂ ਬੋਲਦਾ ਹੀ ਸੀਗਾ ਮੈਂ ਆਡੀਅੰਸ ਨੂੰ ਕਾਹਦੀ ਵਾਰਨਿੰਗ ਦੇਣੀ ਹੈ ਮੈਂ ਤਾਂ ਆਡੀਅੰਸ ਨੂੰ ਰਿਕੁਐਸਟ ਕਰ ਸਕਦਾ ਕਿ ਦੋ ਵਾਰਨਿੰਗ ਫਿਰ ਵਾਰੀ ਹੈ ਅਤੇ ਤੁਸੀਂ ਆ ਕੇ ਦੇਖਿਆ ਪ੍ਰਿੰਸੀਪਲ ਜੀ ਆਹ ਪੰਮੇ ਪਰ ਮਹਿੰਗੇ ਮਹਿੰਗੇ ਇੱਥੇ ਆਪ ਤਾਂ ਆ ਗਏ ਚੱਪਲਾਂ ਮੈਨੂੰ ਲੱਗਦਾ ਪੁਰਾਣੀ ਜਿਹੀ ਚੀਜ਼ ਕੀਤੀਆਂ ਚੱਪਲਾਂ ਪੁਰਾਣੀਆਂ ਚੱਪਲਾਂ ਦਾ ਕਰਕੇ ਬਹੁਤ ਹੀ ਟ੍ਰੈਂਡ ਰਿਹਾ ਲੋਕਾਂ ਨੇ ਬਹੁਤ ਪਸੰਦ ਕੀਤਾ ਵਾਰੀ ਐਡ ਕਿਹਾ ਵੈਸੇ ਤੁਸੀਂ ਆਪਣੇ ਦੋ ਤਿੰਨ ਬਹਿ ਗਏ ਆਪਾਂ ਤੁਹਾਨੂੰ ਫਿਰ ਦਿਖਾ ਦੇਣੀ ਆ ਚੱਪੀ ਨੂੰ ਐਤਕੀ ਚੱਪਲੀ ਵਾਲਾ ਸੀ ਨੂੰ ਬਹੁਤ ਘੈਂਟ ਜਦੋਂ ਗਿੱਪੀ ਭਾਈ
ਵਾਰਨਿੰਗ 2 ਜਿਹੜੀ ਆ ਉਹ ਮੇਰੇ ਖਿਆਲ ਨਾਲ ਉਹਦੇ ਜ਼ਿੰਦਗੀ ਦੇ ਬਾਕੀ ਪੱਖ ਵੀ ਪੂਰੇ ਰੱਖਦੀ ਨਜ਼ਰ ਆਊਗੀ, ਉਹਦੀ ਜ਼ਿੰਦਗੀ ਪਿੱਛੇ ਕਿੱਦਾਂ ਦੀ ਸੀ, ਉਹ ਕਿਹੜਾ ਬਣਿਆ ਕਿੱਦਾਂ, ਅਤੇ ਵਾਰਨਿੰਗ 2 ਦੇ ਵਿੱਚ ਸਾਨੂੰ ਹੋਰ ਕਿਹੜੇ ਕਿਹੜੇ ਫੈਕਟਰਸ ਨੇ ਜਿਨ੍ਹਾਂ ਦੇ ਵੱਖੋ ਵੱਖਰੇ ਪੱਖ ਦੇਖਣ ਨੂੰ ਮਿਲਣਾ। ਦੇਖੋ ਜੀ, 2-3 ਕਰੈਕਟਰ ਤਾਂ ਇੱਦਾਂ ਦੇ ਨੇ ਜਿਹੜੇ ਤੁਸੀਂ ਪਹਿਲਾਂ ਨਹੀਂ ਦੇਖੇ ਹੈਗੇ, ਜਿਵੇਂ ਰਾਹੁਲ ਭਾਜੀ ਦਾ ਕਰੈਕਟਰ ਪਹਿਲੀ ਵਾਰੀ ਐਡ ਹੋਇਆ ਵਾ, ਜੱਟੀ ਦਾ ਕਰੈਕਟਰ, ਅਤੇ ਤੁਸੀਂ ਛਿੰਦਾ ਦੇਖਿਆ ਸੀ ਬਟ ਕੀਪਾ ਹੁਣ ਐਡ ਹੋਇਆ, ਫਿਰ ਹੁਣ ਫਿਲਮ ਅੱਗੇ ਜੇਲ੍ਹ 'ਚ ਆ ਗਈ, ਜੇਲ੍ਹ 'ਚ ਜੇਲਰ ਮਿਲੂਗਾ, ਬਾਕੀ ਦੇ ਕੈਦੀ ਮਿਲਣਗੇ, ਜਿਵੇਂ ਸਿਟੀ ਹੁਣੀ ਨਵੇਂ ਆਏ ਨੇ ਸਾਰੇ ਦੇ ਸਾਰੇ, ਉਹ ਹੈਗੇ ਆ। ਸੋ ਗੇਜੇ ਦਾ ਡੈਫੀਨੇਟਲੀ ਅਸੀਂ ਇੱਕ ਪੱਖ ਚੱਕਿਆ ਵਾਲੀ ਪਾਸਟ ਉਹਦਾ ਕੀ ਸੀਗਾ ਜਿਵੇਂ ਆਪਾਂ ਨੂੰ ਟ੍ਰੇਲਰ 'ਚ ਵੀ ਪਤਾ ਲੱਗਦਾ ਵਾ। ਸੋ ਉਹ ਤਾਂ ਮੈਂ ਉਹਦੇ ਬਾਰੇ ਜ਼ਿਆਦਾ ਹੋਰ ਤੁਹਾਨੂੰ ਦੱਸ ਨਹੀਂ ਸਕਦਾ, ਤੁਸੀਂ ਦੇਖੋਗੇ ਤੁਹਾਨੂੰ ਪਤਾ ਲੱਗ ਜੂਗਾ। ਬਾਕੀ ਫਿਲਮ ਕੀ ਹੈ, ਦੇਖੋ ਜੀ, ਅਸੀਂ ਨਾ ਬਹੁਤਾ ਇਹ ਨਹੀਂ ਕੀਤਾ ਹੈਗਾ ਕਿ ਤੁਹਾਨੂੰ ਕੁਛ ਨਵਾਂ ਦਿਖਾਈ, ਤੁਸੀਂ ਵਾਰਨਿੰਗ ਨੂੰ ਪਿਆਰ ਕੀਤਾ, ਤੁਸੀਂ ਵਾਰਨਿੰਗ ਦੇਖਣ ਚੱਲੇ ਹੋ, ਤੁਹਾਨੂੰ ਅਸੀਂ ਵਾਰਨਿੰਗ ਹੀ ਦਿਖਾਵਾਂਗੇ। ਹੈ ਨਾ, ਜਿਹੜੇ ਕੈਰੈਕਟਰਾਂ ਨੂੰ, ਜਿਹੜੇ ਬੰਬੇ ਨੂੰ ਜਿਸ ਤਰੀਕੇ ਨਾਲ ਤੁਸੀਂ ਪਿਆਰ ਕੀਤਾ, ਜਿਸ ਤਰੀਕੇ ਨਾਲ ਲੋਕ ਉਹਨੂੰ ਦੇਖਣਾ ਚਾਹੁੰਦੇ ਸੀ, ਈਵਨ ਟ੍ਰੇਲਰ 'ਚ ਵੀ ਤੁਸੀਂ ਦੇਖ ਹੀ ਰਹੇ ਹੋ ਜਿਹੜੇ ਉਹਦੇ ਡਾਇਲੋਗ ਆ, ਸਿਟੀ ਵਾਲੇ ਮੇਰੇ ਮੰਜੇ 'ਤੇ ਤਾਂ ਨਹੀਂ ਬੈਠੇ, ਇਹ ਉਹ ਫਿਲਮ ਇਹੀ ਹੈ, ਫਿਲਮ ਸਾਰੀ ਇਹੀ ਆ। ਹਾਂ, ਕਿਉਂਕਿ ਜਦੋਂ ਆਪਾਂ ਕੋਈ ਕਹਾਣੀ ਲਿਖਦੇ ਹਾਂ ਉਹਦੀਆਂ ਲੇਅਰਸ ਹੁੰਦੀਆਂ ਨੇ, ਉਹਦੇ ਬੈਕਗਰਾਊਂਡ ਕੀ ਆ, ਬੰਦਾ ਸੋਚਿਆ ਕਿ ਯਾਰ ਇਹ ਕੈਦੀ ਆਇਆ, ਹੁਣ ਬੋਲੀ ਆ, ਬੋਲੀ ਕੌਣ ਆ, ਇਹਦੇ ਪਿੱਛੇ ਵੀ ਕੁਛ ਹੈ ਜਾਂ ਨਹੀਂ ਹੈ, ਉਹ ਚਾਹੇ ਅਸੀਂ ਇੱਕ ਛੋਟੇ ਜਿਹੇ ਸੀਨ 'ਚ ਦੱਸ ਕੇ ਲੱਗ ਗਈ, ਬਟ ਉਹ ਸਾਨੂੰ ਮਾੜਾ ਜਿਹਾ ਦੱਸਣਾ ਪੈਂਦਾ, ਉਵੇਂ ਇਨਫੋਰਮੇਸ਼ਨ ਦੇ ਬਾਕੀ ਕੀ ਹੈ ਕਿ ਕਹਾਣੀ ਤੁਹਾਨੂੰ ਉੱਦਾਂ ਹੀ ਹੋ ਸਕਦੀ ਹੈ। ਯੈਸ, ਇਸ ਦੇ ਲਾਸਟ ਕੁਐਸਚਨ ਫਰੋਮ ਮੀਡੀਆ ਸੀ ਨਾ ਸਰ, ਮੈਂ ਭਾਣੇ ਤੋਂ ਕੀ ਕਰਾਇਆ ਸੀ ਫਿਲਮ 'ਚ, ਭਾਣੇ ਨੇ ਸੇਵੋ ਖਾਧਾ ਫਿਲਮ 'ਚ, ਔਰ ਤੁਸੀਂ ਇੱਕ ਸੱਚੀ ਗੱਲ ਦੇਖੋ, ਹੁਣ ਤੁਹਾਨੂੰ ਮੈਂ ਦੱਸ ਦੀ ਗੱਲ ਵੀ ਭਾਣੇ ਨੇ ਸੇਵੋ ਖਾਧਾ, ਮੈਂ ਐਟਮ ਖਾਧਾ, ਤੁਸੀਂ ਫਿਲਮ ਦੇਖ ਲਈ ਆ ਪਾਸੀ ਦਾ ਉੱਥੇ, ਔਰ ਤੁਸੀਂ ਆਪ ਆ ਕੇ ਦੱਸਿਓ ਮੈਨੂੰ ਵੀ ਭਾਣੇ ਨੇ ਕੀ ਕੀਤਾ, ਹੈ ਨਾ। Thank you so much.